ਜਗਮੀਤ ਜਿਸ ਹੋਏ ਕਿਰਪਾ ਸੋਈ ਵਿਦ ਬੂਝੈ ਤਾ ਕੀ ਨਿਰਮਲ ਰੀਤ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਵਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਸੰਗਤ ਦੇ ਅੰਦਰ ਜੁੜ ਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਐਤਵਾਰ ਦੇ ਵਿਸ਼ੇਸ਼ ਦੀਵਾਨ ਅੰਦਰ ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ ਨਿਊ ਜਰਸੀ ਦੇ ਅੰਦਰ ਇਸ ਪਾਵਨ ਪਵਿੱਤਰ ਅਸਥਾਨ 'ਤੇ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਹਾਜ਼ਰੀ ਭਰੀ ਹੈ ਔਰ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਲੋਕਾਈ ਨੂੰ ਤਾਰਦਿਆਂ ਹੋਇਆਂ ਗੁਰਸਿੱਖਾਂ ਦੇ ਉੱਤੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਕਰਦਿਆਂ ਹੋਇਆਂ ਹਰ ਸਿੱਖ ਲਈ ਇਹ ਆਗਿਆ ਕੀਤੀ ਕਿ ਭਾਈ ਆਪਣੇ ਜੀਵਨ ਵਿੱਚ ਹਮੇਸ਼ਾ ਹੀ ਸਤਸੰਗਤ ਦੇ ਨਾਲ ਜੁੜ ਕੇ ਰਹਿਣਾ ਹੈ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਜਿਸ ਵੀ ਕੋਨੇ ਵਿੱਚ ਗਏ ਉੱਥੇ ਤਿੰਨ ਬਚਨ ਹਮੇਸ਼ਾ ਕਰਦੇ ਰਹੇ ਹਨ ਕਿ ਭਾਈ ਆਪਣੀ ਨਗਰੀ ਵਿੱਚ ਆਪਣੇ ਸ਼ਹਿਰ ਵਿੱਚ ਧਰਮਸਾਲ ਬਣਾਓ। ਭਾਈ ਗੁਰਦਾਸ ਜੀ ਦਾ ਜ਼ਿਕਰ ਹੈ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਧਰਮਸਾਲ ਦਾ ਅਰਥ ਕੀ ਹੈ? ਜਿਵੇਂ ਰਸੋਈ ਨੂੰ ਆਪਾਂ ਪਾਕਸ਼ਾਲਾ ਆਖਦੇ ਹਾਂ, ਜਿੱਥੇ ਭੋਜਨ ਪੱਕਦਾ ਭੋਜਨ ਪਕਾਉਣ ਵਾਲਾ ਘਰ ਹੈ ਜਿਹੜਾ ਉਹਨੂੰ ਪਾਕਸ਼ਾਲਾ ਆਖਿਆ ਜਾਂਦਾ ਹੈ। ਇਸੇ ਹੀ ਤਰ੍ਹਾਂ ਧਰਮਸਾਲ ਕਿਸ ਨੂੰ ਕਿਹਾ ਜਾਂਦਾ ਹੈ? ਜਿੱਥੇ ਧਰਮ ਦਾ ਘਰ ਹੈ, ਧਰਮ ਦਾ ਦਰ ਹੈ, ਜਿੱਥੇ ਬੈਠ ਕੇ ਧਰਮ ਨਾਲ ਜੁੜਿਆ ਜਾਂਦਾ ਹੈ। ਧਰਮ ਦੀ ਬਹੁਤ ਵੱਡੀ ਸਾਧਨਾ ਹੈ ਜੀਵਨ ਦੇ ਅੰਦਰ। ਧਰਮ ਨੂੰ ਸਤਿਗੁਰੂ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਜ ਅਵਸਥਾਵਾਂ ਦੇ ਵਿੱਚੋਂ ਇੱਕ ਅਵਸਥਾ ਦਾ ਦਰਜਾ ਦਿੱਤਾ ਹੈ ਔਰ ਧਰਮ ਦੇ ਜੋ ਅਕਸਰੀ ਅਰਥ ਹਨ ਸੁਖੈਨ ਰੂਪ ਦੇ ਵਿੱਚ ਸਮਝਣ ਵਾਸਤੇ ਜਿਸ ਨੂੰ ਧਾਰਨ ਕਰਕੇ ਤੁਹਾਨੂੰ ਜੀਵਨ ਵਿੱਚ ਟਿਕਾ ਧੀਰਜ ਸੁਖ ਪ੍ਰਾਪਤ ਹੋ ਜਾਏ ਲੋਕ ਪ੍ਰਲੋਕ ਦਾ, ਉਸ ਦਾ ਨਾਮ ਧਰਮ ਹੈ।
ਔਰ ਤ੍ਰੀ ਧਾਤੂ ਤੋਂ ਬਣਿਆ ਹੋਣ ਕਰਕੇ ਇਸ ਨੂੰ ਕੀ ਆਖਿਆ ਜਾਂਦਾ ਹੈ? ਤ੍ਰੀ ਦਾ ਅਰਥ ਹੈ ਆਸਰਾ, ਕਿ ਤੁਹਾਡੇ ਜੀਵਨ ਦਾ ਜੋ ਆਸਰਾ ਬਣੇ ਇਸ ਲੋਕ ਵਿੱਚ ਵੀ ਪ੍ਰਲੋਕ ਦੇ ਵਿੱਚ ਵੀ ਤੁਹਾਡੀ ਰੱਖਿਆ ਕਰੇ, ਉਸ ਨੂੰ ਧਰਮ ਆਖਿਆ ਜਾਂਦਾ ਹੈ। ਔਰ ਵਿਦਵਾਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਲੋਕ ਔਰ ਪ੍ਰਲੋਕ ਵਿੱਚ ਜਿਸ ਦੇ ਨਾਲ ਜੁੜ ਕੇ ਮਨੁੱਖ ਦੀ ਕਲਿਆਣ ਵੀ ਹੋਵੇ, ਮਨੁੱਖ ਨੂੰ ਸੁਖਦਾਇਕ ਵੀ ਹੋਵੇ ਔਰ ਸ਼ੋਭਾ ਵੀ ਪ੍ਰਾਪਤ ਹੋਵੇ, ਉਸ ਨੂੰ ਧਰਮ ਆਖਿਆ ਜਾਂਦਾ ਹੈ। ਲੈਟਿਨ ਭਾਸ਼ਾ ਦੇ ਵਿੱਚ ਇਸ ਦੀ ਬੜੀ ਸੁੰਦਰ ਵਿਆਖਿਆ ਹੈ। ਉਹ ਕੀ ਕਹਿੰਦੇ ਹੈ ਕਿ ਜਿਹੜਾ ਧਰਮ ਹੈ ਨਾ, ਇਹ ਪਰਮਾਤਮਾ ਨਾਲੋਂ ਟੁੱਟੀਆਂ ਹੋਈਆਂ ਰੂਹਾਂ ਨੂੰ ਜਿਹੜਾ ਜੋੜਨ ਵਾਲਾ ਸਾਧਨ ਹੈ, ਉਸ ਨੂੰ ਧਰਮ ਆਖਿਆ ਜਾਂਦਾ ਹੈ। ਰੱਬ ਨਾਲ ਜੋੜਨ ਦਾ ਜਿਹੜਾ ਪੁਲ ਦਾ ਕੰਮ ਕਰਦਾ ਉਹ ਧਰਮ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਸੁੰਦਰ ਵਿਆਖਿਆ ਕੀਤੀ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ ਔਰ ਨਿਰਮਲ ਉੱਜਲ ਸ਼ੁਭ ਕਰਮ ਕਰਨੇ। ਤੋ ਸਾਧ ਸੰਗਤ ਜੀ, ਧਰਮ ਦੀ ਵਿਆਖਿਆ ਵਿਦਵਾਨਾਂ ਨੇ ਹੋਰ ਵੀ ਬੜੀ ਸੁੰਦਰ ਕੀਤੀ ਹੈ। ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ ਜੇ ਕੋਏ, ਸੁਖੀ ਕਰੇ ਤਬ ਸੁਖ ਵੱਢੇ, ਦੁਖੀ ਕਰੇ ਦੁੱਖ ਖੋਏ। ਸੁਖੀ ਅਤੇ ਦੁਖੀ ਦੋ ਕਿਸਮ ਦੇ ਲੋਕ ਹੈ ਇਸ ਸੰਸਾਰ ਅੰਦਰ। ਜੇ ਕੋਈ ਬੰਦਾ ਧਰਮ ਦੇ ਰਸਤੇ 'ਤੇ ਚੱਲ ਪੈਂਦਾ ਹੈ, ਧਰਮ ਨਾਲ ਜੁੜ ਜਾਂਦਾ ਹੈ, ਤਾਂ ਸਾਧ ਸੰਗਤ ਜੀ ਸੁਖੀ ਦੇ ਜੀਵਨ ਵਿੱਚ ਹੋਰ ਸੁੱਖਾਂ ਦਾ ਵਾਧਾ ਹੋ ਜਾਂਦਾ ਹੈ। ਜੇ ਦੁਖੀ ਬੰਦਾ ਵੀ ਧਰਮ ਨਾਲ ਜੁੜ ਜਾਏ ਉਹਦੇ ਦੁੱਖ ਕੱਟੇ ਜਾਂਦੇ ਹੈ। ਗੁਰੂ ਘਰ ਆ ਕੇ ਗੁਰ ਅਸਥਾਨ 'ਤੇ ਆ ਕੇ ਕੋਈ ਬੰਦਾ ਆਪਣੇ ਐਬ ਛੱਡ ਦਿੰਦਾ, ਨਸ਼ੇ ਛੱਡ ਦਿੰਦਾ ਹੈ, ਕੋਈ ਸੰਗਤ ਛੱਡ ਦਿੰਦਾ ਹੈ, ਕਿੰਨਾ ਕੁ ਸੁਖੀ ਹੁੰਦਾ ਕੋਈ ਅੰਦਾਜ਼ਾ ਲਾ ਸਕਦੇ ਹਾਂ ਆਪਾਂ? ਉਹਨੂੰ ਨਿਰੋਗਤਾ ਮਿਲਦੀ ਹੈ, ਤੰਦਰੁਸਤੀ ਮਿਲਦੀ ਹੈ, ਸ਼ਾਂਤੀ ਪ੍ਰਾਪਤ ਹੁੰਦੀ ਹੈ, ਉਹਦੇ ਕਸ਼ਟ ਕੱਟੇ ਜਾਂਦੇ ਹੈ, ਆਪਣਾ ਵੀ ਜੀਵਨ ਸੁਖੀ, ਪਰਿਵਾਰ ਦਾ ਵੀ, ਸਭਾ ਸੁਸਾਇਟੀ ਨੂੰ ਵੀ ਸੁਖੀ, ਸੁੱਖ ਦੇਣ ਦਾ ਕਾਰਨ ਬਣ ਜਾਂਦਾ। ਇਸ ਕਰਕੇ ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ ਜੇ ਕੋਏ, ਸੁਖੀ ਵੀ ਬੰਦੇ ਬਹੁਤ ਹੈ, ਦੁਖੀ ਵੀ ਬੜੇ ਬੰਦੇ ਹੈ ਸੰਸਾਰ ਅੰਦਰ। ਹਰ ਬੰਦਾ ਆਪਣੇ ਦੁੱਖ ਕੱਟਣੇ ਚਾਹੁੰਦਾ ਹੈ। ਕਹਿੰਦੇ ਧਰਮ ਦੇ ਪਥ ਉੱਤੇ ਰਸਤੇ 'ਤੇ ਚੱਲ ਪਵੇ ਤਾਂ ਉਹਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਧਰਮ ਨੂੰ ਮੰਨਣ ਵਾਲਾ, ਧਰਮ ਦੀ ਸਭ ਤੋਂ ਨਿੱਗਰ ਵਿਆਖਿਆ ਜਿਹੜੀ ਅਨੁਭਵੀ ਅਰਥਾਂ ਦੇ ਵਿੱਚ ਕੀਤੀ ਗਈ ਹੈ ਕਿ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਜਦੋਂ ਕਰ ਲਿਆ, ਸਮਝ ਲਓ ਇਹ ਧਰਮ ਦੇ ਪਥ 'ਤੇ ਚੱਲ ਪਏ ਤੁਸੀਂ। ਇਹਨੂੰ ਅਸਲ ਧਰਮ ਕਹਿੰਦੇ ਆ। ਪਰਮੇਸ਼ਰ ਦੀ ਹੋਂਦ ਹਸਤੀ ਨੂੰ ਜੀਵਨ ਵਿੱਚ ਤੁਸੀਂ ਪ੍ਰਵਾਨ ਕਰ ਲਿਆ ਕਿ ਉਹ ਵਾਹਿਗੁਰੂ ਹੈ। ਈਰਾਨ ਦਾ ਇੱਕ ਬੜਾ ਵੱਡਾ ਦਾਨਾ ਪੁਰਸ਼ ਵਿਦਵਾਨ ਹੋਇਆ। ਉਸਨੇ ਸੰਗਤ ਜੀ ਆਪਣੇ ਜੀਵਨ ਵਿੱਚ 300,000 ਕਿਤਾਬਾਂ ਪੜ੍ਹੀਆਂ, 300,000, ਇੰਨੀ ਉਹਨੇ ਖੋਜ ਕੀਤੀ।
ਕਹਿੰਦਾ 3 ਲੱਖ ਕਿਤਾਬਾਂ ਪੜ੍ਹਨ ਤੋਂ ਬਾਅਦ ਮੈਂ ਨਿਚੋੜ ਕੱਢਣ ਵਾਸਤੇ 3 ਲੱਖ ਵਿੱਚੋਂ 30,000 ਕਿਤਾਬਾਂ ਦੀ ਚੋਣ ਕੀਤੀ। ਫਿਰ ਵੀ 3 ਲੱਖ ਦਾ ਨਿਚੋੜ, 30,000 ਪੁਸਤਕਾਂ ਇਹ ਹਨ। ਫਿਰ ਮੈਂ ਵੇਖਿਆ ਕਿ 30,000 ਕੌਣ ਪੜ੍ਹੇਗਾ ਸੰਸਾਰ ਵਿੱਚ? ਦੁਨੀਆ ਕੋਲ ਆਉਣ ਵਾਲੇ ਸਮੇਂ 'ਚ ਵਕਤ ਕਿੱਥੇ ਹੈ ਪੜ੍ਹਨ ਦਾ, ਲਿਖਣ ਦਾ, ਵਿਚਾਰਨ ਦਾ? ਤੋ ਉਸਨੇ 30,000 ਦੇ ਵਿੱਚੋਂ ਫਿਰ ਨਿਚੋੜ ਕੱਢ ਕੇ 3,000 ਕਿਤਾਬਾਂ ਦੀ ਖੋਜ ਕੀਤੀ। ਵੀ ਇਹ 3,000 ਬਹੁਤ ਸਹੀ ਕਿਤਾਬਾਂ ਹਨ ਗਿਆਨ ਦੇਣ ਵਾਸਤੇ। 3,000 ਚੋਂ ਵੀ ਕਹਿੰਦੇ ਉਹਨੇ 300 ਕਿਤਾਬ ਫਿਰ ਉਸਨੇ ਚੁਣ ਚੁਣ ਕੇ ਰੱਖੀ। 300 ਚੋਂ ਵੀ ਵੇਖਿਆ ਵੀ 300 ਕੌਣ ਪੜ੍ਹੇਗਾ? ਇੱਕ ਗ੍ਰੰਥ ਨਹੀਂ, ਇੱਕ ਕਿਤਾਬ ਨਹੀਂ ਕੋਈ ਪੜ੍ਹ ਸਕਦਾ, ਪੁਸਤਕ ਨਹੀਂ ਪੜ੍ਹ ਸਕਦਾ। ਉਸਨੇ 3 ਚੁਣੀਆਂ, ਫਿਰ ਉਹਨੇ 3 ਦਾ ਨਿਚੋੜ ਕੱਢਿਆ। 3 ਦਾ ਨਿਚੋੜ ਕੀ ਸੀ? 3 ਕਿਤਾਬਾਂ ਦਾ, 3 ਲੱਖ ਦਾ, 30,000 ਦਾ, 3,000 ਦਾ, 300 ਦਾ, ਔਰ 3 ਪੁਸਤਕਾਂ ਦਾ। ਅਖੀਰ 3 ਗੱਲਾਂ ਉਹਨੇ ਨਿਚੋੜ ਉਹਦਾ ਕੱਢਿਆ। ਕਹਿਣ ਲੱਗਾ ਕਿ ਈਸ਼ਵਰ ਦੀ, ਪਰਮਾਤਮਾ ਦੀ, ਰੱਬ ਦੀ ਹੋਂਦ ਨੂੰ ਸਵੀਕਾਰ ਜੀਵਨ ਵਿੱਚ ਕਰਨਾ, ਕਿ ਪਰਮੇਸ਼ਰ ਦੀ ਹੋਂਦ ਇਸ ਸੰਸਾਰ 'ਤੇ ਸਦਾ ਮੌਜੂਦ ਹੈ। ਦੂਸਰਾ, ਪਰਮੇਸ਼ਰ ਨੂੰ ਸਰਬ ਵਿਆਪਕ ਮੰਨਣਾ। ਤੀਜਾ, ਮੌਤ ਦਾ ਭੈ ਮਨ ਵਿੱਚ ਹਮੇਸ਼ਾ ਰੱਖਣਾ। ਕਹਿੰਦਾ ਜਿਹੜਾ ਇਹ 3 ਗੱਲਾਂ ਆਪਣੇ ਜੀਵਨ ਵਿੱਚ ਅਪਣਾ ਲੈਂਦਾ ਹੈ ਉਹ ਇੱਕ ਦਿਨ ਕੁੱਲ ਕਾਇਨਾਤ ਦਾ ਮਾਲਕ ਬਣ ਜਾਂਦਾ ਹੈ। ਕੁੱਲ ਕਾਇਨਾਤ ਉਹਦਾ ਪਾਣੀ ਭਰਨ ਲੱਗ ਜਾਂਦੀ ਹੈ। ਸੋ ਇਸ ਕਰਕੇ ਭਾਈ, ਇਹ ਗੱਲਾਂ, ਇਹ ਉਪਦੇਸ਼ ਤੁਹਾਨੂੰ ਧਰਮ ਦੇ ਵਿੱਚੋਂ ਹੀ ਪ੍ਰਾਪਤ ਹੋਏਗਾ। ਸੁਰਹ ਵਿਚਾਰ ਇਹ ਧਰਮਸ਼ਾਲਾ, ਧਰਮ ਦਾ ਘਰ ਹੈ, ਗੁਰਦੁਆਰਾ, ਗੁਰੂ ਦਾ ਦਰ ਹੈ। ਇੱਥੋਂ ਇਸ ਦਰ 'ਤੇ ਆ ਕੇ ਗੁਰੂ ਨਾਲ, ਸਤਸੰਗਤ ਨਾਲ, ਪਰਮੇਸ਼ਰ ਨਾਲ ਜੁੜਿਆ ਅਤੇ ਮਿਲਿਆ ਜਾਂਦਾ ਹੈ। ਇਸ ਕਰਕੇ ਮਹਾਰਾਜ 3 ਬਚਨ ਕਰਦੇ ਸਨ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਕਿ ਗੁਰਸਿੱਖੋ ਧਰਮਸ਼ਾਲਾ ਭਾਵ ਗੁਰਦੁਆਰਾ ਬਣਾਓ। ਦੂਸਰਾ, ਸਤਸੰਗਤ ਦਾ ਪ੍ਰਵਾਹ ਚਲਾਓ, ਕਿ ਦੋਨੋਂ ਵਕਤ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਸਤਸੰਗਤ ਕਰਨੀ, ਸਤਸੰਗਤ ਦੇ ਵਿੱਚ ਜੁੜਨਾ ਇਹ ਲਾਜ਼ਮੀ ਨਿਯਮ ਹੋਣਾ ਚਾਹੀਦਾ ਹੈ। ਤੀਸਰਾ, ਮਹਾਰਾਜ ਜੀ ਦੇ ਬਚਨ ਸਨ ਕਿ ਲੰਗਰ ਚਲਾਉਣਾ ਅਤੇ ਵੰਡ ਕੇ ਛਕਣਾ। ਬੜੇ ਸੌਖੇ ਸਿਧਾਂਤ ਦੁਨੀਆ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੇ। ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਲੰਗਰ ਕਿਰਤ ਵਿੱਚੋਂ ਹੀ ਚੱਲੇਗਾ ਨਾ। ਦਸਾਂ ਨੌਂ ਦੀ ਕਮਾਈ ਕਰਦੇ ਹੋ, ਗੁਰੂ ਘਰ ਆ ਕੇ ਸੇਵਾ ਕਰਦੇ ਹੋ, ਤੁਹਾਡੀ ਉਹ ਸੇਵਾ ਸਫਲੀ ਹੋਣ ਵਾਸਤੇ ਲੰਗਰ ਚੱਲਦਾ ਹੈ। ਗੁਰੂ ਘਰ ਸੰਗਤ ਵਿੱਚ ਬੈਠਦੇ ਹੋ ਅਤੇ ਨਾਮ ਸੁਣਦੇ ਹੋ, ਕੀਰਤਨ ਸੁਣਦੇ ਹੋ, ਕਥਾ ਸੁਣਦੇ ਹੋ, ਬਾਣੀ ਪੜ੍ਹਦੇ ਸੁਣਦੇ ਹੋ, ਇਹ ਸਾਰਾ ਨਾਮ ਹੈ ਪਰਮੇਸ਼ਰ ਦਾ। ਗੁਰੂ ਘਰ ਸੰਗਤ ਤਿੰਨੇ ਹੀ ਜੋ ਸਤਿਗੁਰੂ ਜੀ ਦੇ ਸਿਧਾਂਤ ਹੈ ਉਹਨਾਂ ਦੀ ਵਿਆਖਿਆ ਕਰਦਾ ਕਿ ਸੰਗਤ ਵਿੱਚ ਨਾਮ ਜਪਣਾ ਬੈਠ ਕੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਂ, ਮਿਲ ਸਾਧ ਸੰਗ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਬੈਠ ਕੇ ਭਜਨ ਕਰ, ਨਾਮ ਜਪ,
ਮੈਂ ਸੌਖਾ ਜਾਂ ਤੁਸੀਂ ਪੜ੍ਹੇ ਲਿਖੇ ਬੜੇ ਸੂਝਵਾਨ ਗੁਰਮੁਖ ਬੈਠੇ ਹੋ। ਸਾਧ ਸੰਗਤ ਜੀ, ਹਰ ਪ੍ਰਾਣੀ ਦੀ ਆਪਣੀ ਆਪਣੀ ਊਰਜਾ ਹੈ, ਹਰ ਪ੍ਰਾਣੀ ਦੀ। ਕਈ ਬੰਦਿਆਂ ਦੀ ਜਿਹੜੀ ਊਰਜਾ ਹੈ ਸੌਖੀ ਤੁਹਾਨੂੰ ਸਮਝ ਆ ਜਾਏਗੀ, ਤੋ ਇਸ ਕਰਕੇ ਇਹਨੂੰ ਔਰਾ ਵੀ ਕਹਿ ਦਿੰਦੇ ਅੱਜ ਕੱਲ੍ਹ ਦੀ ਭਾਸ਼ਾ ਵਿੱਚ। ਆਪਾਂ ਇਹਨੂੰ ਪ੍ਰਕਾਸ਼ ਕਹਿ ਦਿੰਦੇ ਹਾਂ। ਗੁਰਬਾਣੀ ਅਨੁਸਾਰ ਵੀ, ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਹਦੀ ਵਿਆਖਿਆ ਪ੍ਰਕਾਸ਼ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਸੰਗਤ ਵਿੱਚ ਜਦੋਂ ਤੁਸੀਂ ਬੈਠ ਕੇ ਨਾਮ ਜਪਦੇ ਹੋ, ਉੱਥੇ ਇੱਕ ਐਸਾ ਪ੍ਰਕਾਸ਼ ਉੱਠਦਾ, ਐਸੀ ਊਰਜਾ ਪੈਦਾ ਹੁੰਦੀ ਹੈ, ਐਸਾ ਔਰਾ ਬਣਦਾ, ਜਿਨ੍ਹਾਂ ਦੇ ਮਾੜੇ ਔਰੇ, ਮਾੜੀ ਊਰਜਾ, ਉਹ ਵੀ ਤਾਕਤਵਰ ਹੋ ਜਾਂਦੀ ਹੈ, ਉਹਨੂੰ ਵੀ ਸ਼ਕਤੀ ਪ੍ਰਾਪਤ ਹੁੰਦੀ ਹੈ ਨਾਮ ਨਾਲ ਜੁੜਿਆ, ਨਾਮ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣ ਨਾਲ। ਸੰਗਤ ਵਿੱਚ ਇੰਨੀ ਕੁ ਵੱਡੀ ਊਰਜਾ ਪੈਦਾ ਹੋ ਜਾਂਦੀ ਹੈ ਕਿ ਉਹ ਤੁਸੀਂ ਇਕੱਲੇ ਇਕੱਲੇ ਬੈਠ ਕੇ ਨਾਮ ਜਪ ਕੇ ਉਨੀ ਸ਼ਕਤੀ, ਉਨੀ ਊਰਜਾ, ਉਨਾ ਤੇਜ ਨਹੀਂ ਪ੍ਰਾਪਤ ਕਰ ਸਕਦੇ ਜਿੰਨਾ ਗੁਰੂ ਕੀ ਸੰਗਤ ਵਿੱਚ ਬੈਠ ਕੇ ਕਰ ਸਕਦੇ ਹੋ। ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਨੂੰ ਸੰਤ ਅਜੈਬ ਸਿੰਘ ਜੀ ਕਹਿਣ ਲੱਗੇ ਲੰਮੇ ਜੱਟਪੁਰੇ ਵਾਲੇ ਕਿ ਮਹਾਰਾਜ, ਮੇਰਾ ਨਾਂ ਭਜਨ ਕਰਨ ਨੂੰ, ਨਾਮ ਜਪਣ ਨੂੰ ਮਨ ਕਰਦਾ, ਮੈਂ ਭਜਨ ਕਰਿਆ ਕਰਾਂ। ਸੰਤ ਪੁਰਸ਼ ਚੁੱਪ ਕਰ ਗਏ, ਕੋਈ ਉੱਤਰ ਨਹੀਂ ਦਿੱਤਾ। ਮਹਾਂਪੁਰਖਾਂ ਦਾ ਜਿਹੜਾ ਵਚਨ ਹੁੰਦਾ ਉਹ ਬੜਾ ਸਹਿਜ ਨਾਲ ਉਸ ਦਾ ਨਿਰਣਾ ਕਰਦੇ ਆ, ਉਹ ਸਾਡੇ ਵਾਂਗੂ ਨਹੀਂ ਸੋਚਦੇ, ਸਾਡੇ ਵਾਂਗੂ ਨਹੀਂ ਹਰ ਗੱਲ ਦਾ ਜਵਾਬ ਦਿੰਦੇ। ਤੋ ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ ਫਿਰ ਉਹਨਾਂ ਨੇ ਬੇਨਤੀ ਕੀਤੀ, ਕਰਦੇ ਰਹੇ। ਮਹਾਂਪੁਰਖ ਬੈਠੇ ਆਪਣੀ ਮੌਜ ਵਿੱਚ, ਕਥਾ ਕਰਕੇ ਹਟੇ। ਸੰਤ ਅਜੈਬ ਸਿੰਘ ਜੀ ਨੇ ਫਿਰ ਬੇਨਤੀ ਕਰ ਦਿੱਤੀ ਵੀ ਆਗਿਆ ਲਵਾਂ ਮੈਨੂੰ ਕੋਈ ਭਜਨ ਕਰਨ ਦਾ, ਨਾਮ ਜਪਣ ਦਾ ਯੋਗਤੀ ਢੰਗ ਤਰੀਕਾ ਦੱਸਣ ਸਤਪੁਰਸ਼। ਮਹਾਂਪੁਰਖ ਕਹਿਣ ਲੱਗੇ, ਅਜੈਬ ਸਿੰਘ, ਤੂੰ ਗੁਰਬਾਣੀ ਦੀ ਕਥਾ ਕਰਿਆ ਕਰ। ਕਹਿੰਦੇ, ਮਹਾਰਾਜ, ਜਦੋਂ ਤੋਂ ਤੁਹਾਡੇ ਕੋਲੋਂ ਵਿੱਦਿਆ ਪੜ੍ਹੀ ਮੈਂ ਦੋਨੋਂ ਵਕਤ ਹੀ ਕਥਾ ਵੀ ਕਰਦਾ, ਕੀਰਤਨ ਵੀ ਬਹੁਤ ਰਸ ਭਿੰਨਾ ਕਰਦੇ ਸਨ ਆਪਣੇ ਸਮੇਂ ਵਿੱਚ, ਅਤੇ ਕਰਦਾ ਹੀ ਰਹਿੰਦਾ ਮੈਂ। ਕਹਿੰਦੇ, ਨਹੀਂ, ਤੂੰ ਇੱਕ ਘੰਟਾ ਅੰਮ੍ਰਿਤ ਵੇਲੇ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸੁਣਾਇਆ ਕਰ, ਇਹਤੋਂ ਵੱਡਾ ਭਜਨ ਨਹੀਂ ਹੈ, ਇਹਤੋਂ ਵੱਡੀ ਬੰਦਗੀ ਨਹੀਂ, ਇਹਤੋਂ ਵੱਡਾ ਸਿਮਰਨ ਨਹੀਂ ਹੈ। ਉਹ ਚੁੱਪ ਜੇ ਕਰ ਗਏ, ਉਹਨਾਂ ਦੀ ਤਸੱਲੀ ਨਾ ਹੋਈ। ਸੰਤ ਕਹਿੰਦੇ, ਫਿਰ ਧਿਆਨ ਨਾਲ ਸੁਣ, ਕਥਾ ਕਰਨ ਵਕਤ ਜੇ ਸੰਗਤ ਵਿੱਚ ਪੰਜ ਜੀਆਂ ਨੂੰ ਤੂੰ ਇੱਕ ਘੰਟਾ ਗੁਰਬਾਣੀ ਦੀ ਕਥਾ ਸੁਣਾਵੇਂਗਾ ਨਾ, ਇੱਕ ਘੰਟਾ, ਤਾਂ ਪੰਜ ਸੁਣਨ ਵਾਲੇ ਸਰੋਤਿਆਂ ਨੂੰ ਕਥਾ ਸੁਣਾਉਣ ਦਾ, ਤੈਨੂੰ ਸੰਗਤ ਵਿੱਚ ਕਥਾ ਸੁਣਾਉਣ ਦਾ ਇਹ ਲਾਭ ਮਿਲੇਗਾ ਕਿ ਤੈਨੂੰ ਪੰਜ ਘੰਟੇ ਭਜਨ ਕੀਤੇ ਦਾ ਫਲ ਮਿਲੇਗਾ। ਫਿਰ ਕਹਿੰਦੇ, ਜੇ ਤੂੰ 25 ਨੂੰ ਸੁਣਾ ਤਾ, 100 ਨੂੰ ਸੁਣਾ ਤਾ, 1000 ਨੂੰ ਸੁਣਾ ਤੀ ਕਥਾ, ਅਤੇ ਤੈਨੂੰ 1000 ਘੰਟੇ ਦਾ ਫਲ ਇੱਕ ਘੰਟੇ ਵਿੱਚ ਮਿਲ ਜਾਣਾ, ਤੂੰ 1000 ਘੰਟੇ ਭਜਨ ਕਰ ਸਕਦਾ, ਤੂੰ 24 ਘੰਟੇ ਭਜਨ ਕਰ ਸਕਦਾ। ਇਹ ਗੁਰਬਾਣੀ ਦੀ ਕਥਾ ਸੰਗਤ ਵਿੱਚ ਕਰਨੀ ਇੰਨੀ ਮਹਾਨਤਾ ਰੱਖਦੀ ਹੈ, ਭਾਵ ਸਤਸੰਗਤ ਦੇ ਵਿੱਚ ਜੁੜਿਆ ਇੱਕ ਇੱਕ ਪਲ, ਜਿੰਨਾ ਤੁਸੀਂ ਸਮਾਂ ਬੈਠੇ ਹੋ, ਇੱਕ ਇੱਕ ਮਿੰਟ ਅਕਾਊਂਟ ਕਰ ਲਓ ਸਾਰਿਆਂ ਦੀ ਗਿਣਤੀ ਕਰਕੇ,
ਅਤੇ ਉਹ ਸਾਰੇ ਮਿੰਟ ਆਪਣੇ ਨਾਲ ਜਮ੍ਹਾਂ ਕਰ ਲਓ ਕਿੰਨੇ ਬਣ ਜਾਂਦੇ ਆ, ਅਤੇ ਉਹਨੂੰ ਇਕੱਲੇ ਇਕੱਲੇ ਦਾ ਫਲ ਤੁਹਾਨੂੰ ਸਾਰਿਆਂ ਨੂੰ ਮਿਲ ਜਾਏਗਾ। ਇਹ ਸੰਗਤ ਦਾ ਪ੍ਰਤਾਪ ਹੈ, ਸੰਗਤ ਵਿੱਚ ਬੈਠ ਕੇ ਸਤ ਸੰਗਤ ਕਰਨੀ। ਐਵੇਂ ਨਹੀਂ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਐਡਾ ਵੱਡਾ ਸਿਧਾਂਤ ਸਾਨੂੰ ਦਿੱਤਾ। ਸੋ ਇਸ ਕਰਕੇ ਭਾਈ ਮਹਾਰਾਜ ਦੇ ਕਿੰਨੇ ਸੁੰਦਰ ਬਚਨ ਹਨ, ਅਤੇ ਉਹਨਾਂ ਬਚਨਾਂ 'ਤੇ ਸਿੱਖਾਂ ਨੇ ਪਹਿਰਾ ਦਿੱਤਾ। ਸੰਗਤ ਜੀ, ਭਾਵੇਂ ਕਈ ਵਾਰੀ ਸਾਡੇ ਵਿੱਚ ਐਸੀ ਵਿਚਾਰ ਚੱਲ ਪੈਂਦੀ ਹੈ ਗੁਰਦੁਆਰੇ ਨਾ ਬਣਾਓ, ਹੋਰ ਬੰਨੇ ਧਿਆਨ ਦਿਓ, ਨਹੀਂ ਦੇਣਾ ਚਾਹੀਦਾ ਸਾਨੂੰ, ਸਾਡੇ ਵਿੱਦਿਅਕ ਅਦਾਰੇ ਵੀ ਹੋਣੇ ਚਾਹੀਦੇ ਹੈ, ਸਮਾਜ ਭਲਾਈ ਦੇ ਕਾਰਜ ਵੀ ਅਸੀਂ ਕਰਨੇ ਹਾਂ, ਪਰ ਗੁਰੂ ਘਰ ਜਿਹੜੇ ਹੈ ਨਾ ਉਹ ਸਾਡਾ ਮੂਲ ਹੈ। ਜੇ ਦੁਨੀਆਂ ਵਿੱਚ ਸਿੱਖੀ ਬਰਕਰਾਰ ਰਹੀ ਹੈ ਉਹ ਸਾਡੇ ਗੁਰੂ ਘਰ ਕੇਂਦਰਾਂ ਕਰਕੇ ਸਿੱਖੀ ਬਚੀ ਹੈ। ਹੁਣ ਤਾਂ ਤੁਹਾਨੂੰ ਵਿਆਖਿਆ ਕਰਨ ਦੀ ਲੋੜ ਨਹੀਂ, ਕਰੋਨਾ ਕਾਲ ਵਿੱਚ ਦੁਨੀਆਂ ਦੇ ਵੱਡੇ ਵੱਡੇ ਪ੍ਰੈਜ਼ੀਡੈਂਟ ਇਹ ਗੱਲ ਕਹਿ ਚੁੱਕੇ ਹੈ ਕਿ ਦੁਨੀਆਂ ਵਿੱਚ ਹੋਰ ਕੁਝ ਵੀ ਨਾ ਬਣਾਓ, ਗੁਰਦੁਆਰਾ ਜ਼ਰੂਰ ਬਣਾਓ, ਗੁਰਦੁਆਰੇ ਦੁਨੀਆਂ ਦਾ, ਲੋਕਾਂ ਦਾ, ਦੁਖੀਆਂ ਦਾ ਆਸਰਾ ਹਨ, ਦੁਖੀਆਂ ਦੀ ਮਦਦ ਦਾ ਇਹ ਕੇਂਦਰ ਹਨ। ਹੋਰ ਕੋਈ ਧਰਮ ਸਥਾਨ ਦੁਨੀਆਂ ਦੀ ਮਦਦ ਨਹੀਂ ਬਿਪਤਾ ਕਾਲ ਵਿੱਚ, ਸੰਕਟ ਵਿੱਚ ਕਰ ਸਕਦਾ। ਜਿਹੜਾ ਸਿੱਖਾਂ ਦਾ ਮੇਨ ਜਿਹੜੇ ਕੇਂਦਰ ਹੈ ਗੁਰਦੁਆਰੇ, ਜੋ ਉਹ ਦੁਨੀਆਂ ਦੀ ਸੇਵਾ ਕਰਦੇ, ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਰਸੋਈ 'ਚ ਭੋਜਨ ਬਣਦਾ, ਇੱਥੇ ਵੀ ਭੋਜਨ ਬਣਦਾ, ਕੀਰਤਨ ਵੀ ਭੋਜਨ ਹੈ, ਕਥਾ ਵੀ ਭੋਜਨ ਹੈ, ਨਾਮ ਵੀ ਭੋਜਨ ਹੈ। ਇਸ ਭੋਜਨ ਨੂੰ ਥਾਲੇ ਵਿੱਚ ਤਾਂ ਵਸਤੂ ਪਈ ਹੋ, ਹਰ ਭੋਜਨ ਅੰਮ੍ਰਿਤ ਸਾਰ, ਜਿੱਤ ਖਾਧਾ ਮਨ ਤ੍ਰਿਪਤੀ ਹੈ, ਪਾਈ ਹੈ ਮੋਖ ਦੁਆਰ। ਐਸਾ ਭੋਜਨ ਸੰਗਤ ਵਿੱਚੋਂ, ਗੁਰੂ ਘਰ ਵਿੱਚੋਂ, ਇਹ ਧਰਮ ਦੀ ਸਾਲਾ ਵਿੱਚੋਂ, ਗੁਰਦੁਆਰੇ ਦੇ ਵਿੱਚੋਂ ਹੀ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਸਾਡੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ, ਆਪਾਂ ਨੂੰ ਸੰਗਤ ਕਰਨ ਦਾ ਇਹ ਸੁਭਾਗ ਮਿਲਿਆ ਹੈ। ਆਓ ਹੁਣ ਮਨ ਦੀ ਬਿਰਤੀ ਨੂੰ ਇਕਾਗਰ ਕਰੋ, ਜੋ ਸਤਿਗੁਰੂ ਜੀ ਨੇ ਸ਼੍ਰੀ ਮੁਖ ਵਾਕ ਬਖਸ਼ੇ ਉਹਨਾਂ ਦੀ ਕਥਾ ਸੁਣੀਏ। ਧੰਨ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਦੁਨੀਆਦਾਰ ਹਾਂ, ਸੰਸਾਰ ਵਿੱਚ ਵਿਚਰਨ ਵਾਲੇ ਜੀਵ ਹਾਂ, ਅਤੇ ਸੰਸਾਰ ਵਿੱਚ ਕੋਈ ਨਾ ਕੋਈ ਲੋੜ ਮਨੁੱਖ ਦੀ ਬਣੀ ਰਹਿੰਦੀ ਹੈ, ਕਿਉਂਕਿ ਸੰਸਾਰ ਵਿੱਚ ਗ੍ਰਸਤ ਵਿੱਚ ਰਹਿੰਦਿਆਂ ਸਮਾਂ ਹੀ ਐਸਾ ਚੱਲਦਾ ਹੈ। ਅਤੇ ਲੋੜਾਂ ਜਿਹੜੀਆਂ ਹਨ ਉਹ ਧਨ ਤੋਂ ਬਿਨਾਂ, ਮਿੱਤਰਾਂ ਤੋਂ ਬਿਨਾਂ, ਸੰਬੰਧੀਆਂ ਤੋਂ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ। ਬੰਦੇ ਦੇ ਮਿੱਤਰ ਵੀ ਹੋਣੇ ਚਾਹੀਦੇ ਹੈ, ਬੰਦੇ ਦੇ ਸੰਬੰਧੀ ਵੀ ਹੋਣੇ ਚਾਹੀਦੇ ਹੈ, ਬੰਦੇ ਦਾ ਭਾਈਚਾਰਾ ਵੀ ਹੋਣਾ ਚਾਹੀਦਾ ਹੈ। ਅਤੇ ਇਸ ਕਰਕੇ ਮਹਾਰਾਜ ਕਿਰਪਾ ਕਰੋ ਕਿ ਕੋਈ ਐਸਾ ਮਿੱਤਰ ਦੱਸੋ ਜਿਹੜਾ ਇੱਕੋ ਇੱਕ ਮਿੱਤਰ ਹੋਵੇ ਜਿਹਦੇ ਨਾਲ ਲੱਗ ਕੇ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ। ਬਹੁਤੇ ਮਿੱਤਰ ਨਾ ਜੀਵਨ ਵਿੱਚ ਬਣਾਉਣੇ ਪੈਣ, ਬਹੁਤੇ ਸੰਬੰਧੀ ਨਾ ਲੱਭਣੇ ਪੈਣ, ਬਹੁਤੇ ਸਾਥੀਆਂ ਦੀ ਭਾਲ ਨਾ ਕਰਨੀ ਪਵੇ। ਇਸ ਕਰਕੇ ਮਹਾਰਾਜ ਸਾਡੇ 'ਤੇ ਕੋਈ ਐਸਾ ਉਪਦੇਸ਼ ਦਿਓ। ਤਾਂ ਉਸ ਵਕਤ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ਼੍ਰੀ ਮੁਖ ਵਾਕ ਜੈਤ ਸ਼੍ਰੀ ਰਾਗ ਵਿੱਚ ਬਖਸ਼ਿਸ਼ ਕੀਤੇ ਹਨ। ਜੈਤ ਸ਼੍ਰੀ ਰਾਗਣੀ ਹੈ, ਪੰਚਮ ਪਾਤਸ਼ਾਹ ਜੀ ਦਾ ਇਹ ਪਾਵਨ ਸ਼੍ਰੀ ਮੁਖ ਵਾਕ ਹੈ। ਤੀਸਰੇ ਘਰ ਸੁਰਤਾਲ ਵਿੱਚ ਮੇਰੇ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵਸਤੂ ਨਿਰਦੇਸ਼ ਮੰਗਲ ਹੈ। ਸੰਗਤ ਜੀ,
ਚਾਰ ਤਰ੍ਹਾਂ ਦਾ ਮੰਗਲ ਹੁੰਦਾ ਵਿਦਵਾਨਾਂ ਨੇ ਮੰਨਿਆ। ਮੰਗਲ ਦਾ ਅਰਥ ਸੁਖੈਨ ਹੈ, ਆਪਣੇ ਇਸ਼ਟ ਦੀ ਕੀਰਤੀ ਕਰਨੀ, ਮਹਿਮਾ ਕਰਨੀ, ਜਸ ਕਰਨਾ, ਗੁਣ ਗਾਉਣੇ। ਔਰ ਸਾਧ ਸੰਗਤ ਦੀ ਮੰਗਲ ਕਦੋਂ ਕੀਤਾ ਜਾਂਦਾ ਹੈ? ਜਦੋਂ ਕੋਈ ਵੀ ਕਾਰਜ ਆਪਾਂ ਕੰਮ ਕਰਨਾ, ਪ੍ਰਵਿਰਤ ਹੋਣਾ ਕਿਸੇ ਕੰਮ ਵਿੱਚ, ਉਦੋਂ ਆਪਣੇ ਇਸ਼ਟ ਨੂੰ, ਆਪਣੇ ਗੁਰੂ ਨੂੰ ਧਿਆਉਣਾ ਕਿ ਮਹਾਰਾਜ ਇਹ ਅਮਕਾ ਕੰਮ ਅਸੀਂ ਕਰਨ ਲੱਗੇ ਹਾਂ ਅਤੇ ਸਾਡੀ ਮਦਦ ਕਰਿਓ, ਸਾਡਾ ਕਾਰਜ ਕੋਈ ਅਧੂਰਾ ਨਾ ਰਹਿ ਜਾਏ। ਆਪਾਂ ਇਹ ਪੌੜੀ ਸੁਣਦੇ ਹਾਂ ਨਾ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ ਹੈ, ਆਨੰਦ ਕਾਰਜਾਂ ਵੇਲੇ ਇਹ ਸ਼ਬਦ ਪੜ੍ਹਿਆ ਜਾਂਦਾ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਮਹਾਰਾਜ ਕਿਉਂਕਿ ਸਾਧ ਸੰਗਤ ਜੀ, ਜਿੱਥੇ ਸੰਸਾਰ ਵਿੱਚ ਸੁੱਖ ਹੈ ਉੱਥੇ ਦੁੱਖ ਵੀ ਹੈ, ਜਿੱਥੇ ਸੰਸਾਰ ਵਿੱਚ ਸਫਲਤਾ ਉੱਥੇ ਸੰਸਾਰ ਵਿੱਚ ਰੁਕਾਵਟਾਂ ਵੀ ਹੈ, ਇਹ ਨਾਲ ਨਾਲ ਹੀ ਚੱਲਦਾ ਹੈ। ਹਰ ਸਫਲਤਾ ਜਦੋਂ ਮਨੁੱਖ ਪ੍ਰਾਪਤ ਕਰਨ ਲਈ ਤੁਰਦਾ ਤਾਂ ਉਹਦੇ ਰਸਤੇ ਵਿੱਚ ਰੁਕਾਵਟਾਂ ਬਣਦੀਆਂ ਬਹੁਤ ਵੱਡੀਆਂ ਵੱਡੀਆਂ, ਉਹਨੂੰ ਕਹਿੰਦੇ ਵਿਘਨ। ਵਿਘਨ ਦਾ ਅਰਥ ਹੁੰਦਾ ਰੁਕਾਵਟ ਪੈਣੀ। ਹੁਣ ਕਈ ਐਸੇ ਵਿਘਨ ਆ ਜਾਂਦੇ ਆ ਤੁਹਾਨੂੰ ਕਿ 100 ਬੰਦਾ ਰਲ ਕੇ ਵੀ ਉਹ ਦੂਰ ਨਹੀਂ ਕਰ ਸਕਦਾ। ਐਸੀਆਂ ਰੁਕਾਵਟਾਂ ਖੜੀਆਂ ਹੋ ਜਾਂਦੀਆਂ ਜੀਵਨ ਵਿੱਚ। ਤੁਸੀਂ ਨਿੱਤ ਦੁਨੀਆਂ ਦੇ ਵਿੱਚ ਜਦੋਂ ਦੁਨੀਆਂਦਾਰੀ 'ਚ ਵਿਚਰਦੇ ਹੋ ਨਾ, ਕੰਮ ਕਰਦੇ ਹੋ, ਤਾਂ ਬੜੇ ਵੱਡੇ ਵੱਡੇ ਰੁਕਾਵਟਾਂ ਦੀਆਂ ਦੀਵਾਰਾਂ ਖੜੀਆਂ ਹੋ ਜਾਂਦੀਆਂ। ਫਿਰ ਉੱਥੇ ਕਈ ਵਾਰੀ ਵੱਡੇ ਵੱਡੇ ਤਾਕਤਵਰ ਬੰਦੇ ਵੀ, ਗਿਆਨਵਾਨ ਬੰਦੇ ਵੀ ਬੇਵੱਸ ਹੋ ਜਾਂਦੇ ਹੈ। ਉੱਥੇ ਉਹ ਫਿਰ ਬੇਵੱਸ ਹੋ ਕੇ ਚੁੱਪ ਕਰ ਜਾਂਦੇ ਹੈ। ਜਿਹੜੇ ਗੁਰਮੁਖ ਹੁੰਦੇ ਆ, ਆਸਤਕ ਬਿਰਤੀ ਵਾਲੇ, ਵਾਹਿਗੁਰੂ 'ਚ ਭਰੋਸਾ ਕਰਨ ਵਾਲੇ, ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣ ਵਾਲੇ, ਸ਼ਰਧਾ ਵਾਲੇ, ਫਿਰ ਉਹ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਇਹ ਰੁਕਾਵਟਾਂ, ਇਹ ਵਿਘਨ ਜਿਹੜੇ ਬਣੇ ਆ ਨਾ, ਇਹ ਮਨੁੱਖੀ ਪਹੁੰਚ ਤੋਂ ਪਰੇ ਆ, ਭਾਵੇਂ ਮਨੁੱਖ ਨਹੀਂ ਨਾ ਰੁਕਾਵਟਾਂ ਨੂੰ, ਵਿਘਨਾਂ ਨੂੰ ਦੂਰ ਕਰ ਸਕਦਾ, ਈਸ਼ਵਰੀ ਕਿਰਪਾ, ਪਰਮੇਸ਼ਰੀ ਕਿਰਪਾ, ਵਾਹਿਗੁਰੂ ਦੀ ਸ਼ਕਤੀ ਦੀ ਕਿਰਪਾ, ਗੁਰੂ ਦੀ ਕਿਰਪਾ, ਤੁਸੀਂ ਆਪ ਕਿਰਪਾ ਕਰਕੇ ਮਹਾਰਾਜ ਕੋਈ ਐਸਾ ਸਾਧਨ ਬਣਾਓ, ਐਸੀ ਕਿਰਪਾ ਕਰੋ, ਇਹ ਵਿਘਨ ਦੂਰ ਹੋ ਜਾਣ। ਵਿਘਨ ਗਏ ਹਰ ਨਾਈ, ਉਦੋਂ ਫਿਰ ਅਰਦਾਸ ਕਰਨੀ, ਪਹਿਲਾਂ ਆਪਣੇ ਮਾਲਕ ਦੇ ਅੱਗੇ ਉਹਦਾ ਜਸ ਕਰਨਾ, ਕੀਰਤੀ ਕਰਨੀ। ਜਸ ਇਸ ਲਈ ਕਰੀਦਾ, ਜਸ ਕਿਹਦਾ ਕਰੀਦਾ, ਆਪਣੇ ਤੋਂ ਵੱਡੇ ਦਾ, ਤਾਕਤਵਰ ਦਾ, ਕਿ ਸ਼ਕਤੀਸ਼ਾਲੀ ਹੈ, ਮੇਰੇ ਕੰਮ ਸਵਾਰੇਗਾ। ਅਤੇ ਸਿੱਧਾ ਜਾ ਕੇ ਤੁਸੀਂ ਕਿਸੇ ਨੂੰ ਕੰਮ ਕਹੋਗੇ, ਇਸ ਤਰ੍ਹਾਂ ਨਹੀਂ, ਪਹਿਲਾਂ ਉਹਦੀ ਕੋਈ ਨਾ ਕੋਈ ਉਹਦੀਆਂ ਸਿਫਤਾਂ, ਕੋਈ ਜਸ, ਕੋਈ ਮਾਣ ਕਰੋਗੇ, ਫਿਰ ਉਹ ਤੁਹਾਡੇ 'ਤੇ ਪ੍ਰਸੰਨ ਹੋਏਗਾ, ਫਿਰ ਮਦਦ ਕਰੇਗਾ। ਇਸ ਕਰਕੇ ਗੁਰੂ ਪਰਮੇਸ਼ਰ ਦਾ ਜਸ ਕਰਨਾ, ਗੁਰੂ ਦੇ ਚਰਨਾਂ ਵਿੱਚ ਜੋਦੜੀ ਕਰਨੀ, ਇਹਨੂੰ ਕਹਿੰਦੇ ਮੰਗਲ ਕਰਨਾ, ਜਸ ਕਰਨਾ, ਅਰਦਾਸ ਕਰਨੀ, ਤਾਂ ਕਿ ਮਹਾਰਾਜ ਮੈਂ ਇਹ ਸਫਲਤਾ ਹਾਸਲ ਕਰਨ ਲੱਗਾਂ, ਇਹਦੇ ਵਿੱਚ ਜਿਹੜੀਆਂ ਰੁਕਾਵਟਾਂ ਆ ਰਹੀਆਂ ਉਹ ਦੂਰ ਹੋ ਜਾਣ, ਉਹ ਚਲੀਆਂ ਜਾਣ। ਸਾਨੂੰ ਸਿਖਾਉਣ ਵਾਸਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਹਰਿਮੰਦਰ ਸਾਹਿਬ ਦੀ ਸੇਵਾ, ਸਰੋਵਰ ਨੂੰ ਪੱਕਿਆਂ ਕਰਾਉਣ ਦੀ ਸੇਵਾ ਸ਼ੁਰੂ ਕਰਨ ਲੱਗਦੇ ਹੈ, ਤਾਂ ਸੰਤੋਖਸਰ ਸਾਹਿਬ ਅਸਥਾਨ ਤੋਂ ਕੜਾਹ ਪ੍ਰਸ਼ਾਦ ਤਿਆਰ ਕਰਾ ਕੇ ਸੱਚੇ ਪਾਤਸ਼ਾਹ ਆਪ ਸੀਸ 'ਤੇ ਪਰਾਤ ਚੁੱਕ ਕੇ ਦੁੱਖ ਭੰਜਨੀ ਬੇਰ ਸਾਹਿਬ ਕੋਲ ਆ ਕੇ ਇੱਥੇ ਅਰਦਾਸ ਕਰਦੇ ਹੈ।
ਕਿ ਮਹਾਰਾਜ ਇਹ ਅੰਮ੍ਰਿਤ ਸਰੋਵਰ ਦੀ ਚੌਥੇ ਪਾਤਸ਼ਾਹ ਜੀ ਦੀ ਆਗਿਆ ਹੈ, ਪੱਕਿਆਂ ਕਰਾਉਣਾ ਇਸ ਦੀ ਸੇਵਾ ਕਰਨੀ ਹੈ, ਆਪ ਨੇ ਆਪ ਸਹਾਈ ਹੋ ਕੇ ਸਾਰੇ ਵਿਘਨਾਂ ਦਾ ਨਾਸ ਕਰਨਾ। ਸੋ ਇਸ ਤਰ੍ਹਾਂ ਭਾਈ ਮੰਗਲ ਚਾਰ ਤਰ੍ਹਾਂ ਦਾ ਮੰਨਿਆ, ਵਸਤੂ ਨਿਰਦੇਸ਼ ਮੰਗਲ, ਜਿਹਦੇ ਵਿੱਚ ਵਸਤੂ ਕੌਣ ਹੈ, ਵਾਹਿਗੁਰੂ ਪਰਮੇਸ਼ਰ, ਨਿਰਦੇਸ਼ ਦਾ ਅਰਥ ਹੈ ਨਿਰਣਾ, ਵਸਤੂ ਕੀ ਹੈ, ਸਤਿਗੁਰ ਪ੍ਰਸਾਦ, ਸਤ ਚੇਤਨ, ਸਤ ਨਾਸ ਤੋਂ ਰਹਿਤ, ਗੁਰ ਚੇਤਨ ਪ੍ਰਸਾਦ ਆਨੰਦ, ਇਹ ਤਿੰਨੇ ਲਕਸ਼ਣ ਗੁਣ ਸ਼ਕਤੀਆਂ ਵਾਹਿਗੁਰੂ ਦੀਆਂ ਹਨ, ਸਤ ਚਿੱਤ ਆਨੰਦ, ਔਰ ਵਾਹਿਗੁਰੂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੁੰਦਾ ਹੈ। ਭਾਵ ਜਿਹੜਾ ਵਸਤੂ ਨਿਰਦੇਸ਼ ਹੈ ਮੰਗਲ, ਉਹ ਪਰਮਾਤਮਾ ਦਾ ਕੀਤਾ ਗਿਆ, ਵਾਹਿਗੁਰੂ ਦਾ ਕੀਤਾ ਗਿਆ, ਅਕਾਲ ਪੁਰਖ ਦਾ ਕੀਤਾ ਗਿਆ, ਵੀ ਉਹ ਸਰਵ ਸ਼ਕਤੀਮਾਨ ਹੈ। ਉਹ ਤੋਂ ਥੱਲੇ ਥੱਲੇ ਜਾਊਂਗੇ ਤਾਂ ਗੱਲ ਨਹੀਂ ਬਣਨੀ। ਜਿਹੜਾ ਉਹ ਸਾਰੇ ਨਾਸ ਤੋਂ ਰਹਿਤ ਹੈ, ਚੇਤਨ ਹੈ ਅਤੇ ਆਨੰਦ ਸਰੂਪ ਹੈ ਨਾ, ਤੁਸੀਂ ਉਹਦੀ ਮੰਗਲ, ਉਹਦੇ ਅੱਗੇ ਅਰਦਾਸ ਕਰੋ, ਵਸਤੂ ਨਿਰਦੇਸ਼ ਮੰਗਲ। ਫਿਰ ਦੂਜਾ ਨਮਸਕਾਰ ਆਤਮਕ ਮੰਗਲ, ਤੀਸਰਾ ਸਾਧ ਸੰਗਤ ਦੀ ਆਸ਼ੀਰਵਾਦ ਆਤਮਕ ਮੰਗਲ, ਚੌਥਾ ਆਤਮ ਚਿੰਤਨ ਮੰਗਲ। ਇਹ ਚਾਰ ਮੰਗਲ ਹੁੰਦੇ ਵਿਦਵਾਨਾਂ ਨੇ ਮੰਨੇ ਆ। ਸਮਾਂ ਬਹੁਤ ਆਪਣੀ ਰਫਤਾਰ ਤੁਰਿਆ ਜਾ ਰਿਹਾ ਹੈ। ਇਹ ਸਤਿਗੁਰੂ ਮਹਾਰਾਜ ਜੀ ਇੱਥੇ ਵਸਤੂ ਨਿਰਦੇਸ਼ ਮੰਗਲ ਕਰ ਰਹੇ ਹਨ। 522 ਕਵੇਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਮੰਗਲ ਆਇਆ ਹੈ। ਸੋ ਆਓ ਹੁਣ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੋਈ ਜਾਣੈ ਕਵਨ ਈਹਾ ਜਗ ਮੀਤ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਕੋਈ ਇਸ ਗੱਲ ਨੂੰ ਜਾਣਦਾ ਭਾਵ ਸਮਝਦਾ ਹੈ ਕਿ ਇਸ ਜਗਤ ਦੇ ਵਿੱਚ, ਇਸ ਸੰਸਾਰ ਵਿੱਚ ਕੌਣ ਅਸਲੀ ਮਿੱਤਰ ਹੈ। ਮਿੱਤਰ ਤਾਂ ਸਾਧ ਸੰਗਤ ਜੀ ਸੰਸਾਰ ਵਿੱਚ ਤਿੰਨ ਤਰ੍ਹਾਂ ਦੇ ਮੰਨੇ ਆ, ਧਨ ਵੀ ਮਿੱਤਰ ਮੰਨੇ ਆ, ਸੰਬੰਧੀ ਵੀ ਮਿੱਤਰ ਮੰਨੇ ਆ, ਇਸੇ ਹੀ ਤਰ੍ਹਾਂ ਕਰਮ ਵੀ ਮਿੱਤਰ ਮੰਨੇ ਆ। ਜਿਹੜੇ ਸੰਬੰਧੀ ਹੈ ਨਾ ਮਿੱਤਰ, ਉਹ ਅਖੀਰਲੇ ਸਵਾਸ ਤੱਕ, ਅਖੀਰਲੀ ਕਿਰਿਆ ਤੱਕ ਹੀ ਹੈ। ਧਨ ਉਨਾ ਚਿਰ ਮਿੱਤਰ ਹੈ ਜਿੰਨਾ ਚਿਰ ਤੱਕ ਸਰੀਰ ਹੈ। ਸਰੀਰ ਚਲਿਆ ਗਿਆ ਫਿਰ ਧਨ ਮਿੱਤਰ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜਾ ਸੁੰਦਰ ਜ਼ਿਕਰ ਕਰਦੇ ਹੈ 33 ਸਵਈਆਂ ਵਿੱਚ, ਤਉ ਧਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਣ ਤਿਰਿਆ ਭੱਜ ਜੈ ਹੈ, ਭੌਣ ਭੰਡਾਰ ਧਰਾ ਗੜ ਜੇਤਕ, ਛਾੜਤ ਪ੍ਰਾਨ ਬਿਗਾਨ ਕਹਿ ਹੈ, ਸਾਜਨ ਮਿੱਤਰ ਸੁਮਿੱਤਰ ਸਖਾ ਹੇ ਬੇਗ ਨਕਾਰ ਹੋ ਆਇਸ ਦੈ ਹੈ, ਚੇਤ ਰੇ ਚੇਤ ਅਚੇਤ ਮਹਾਂਪਸ ਅੰਤ ਕੀ ਵਾਰ ਅਕੇਲੋ ਹੀ ਜੈ ਹੈ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੈਰਾਗਮਈ ਉਪਦੇਸ਼ ਮਹਾਰਾਜ ਦੇ ਰਹੇ ਹੈ। ਇਸ ਕਰਕੇ ਧਨ ਸਰੀਰ ਤੱਕ ਹੀ ਸੀਮਤ ਹੈ। ਫਿਰ ਅੱਗੇ ਆ ਗਏ ਕਰਮ। ਕਰਮ ਜਿਹੜੇ ਆ ਬਈ, ਉਹ ਜਨਮ ਤੋਂ ਲੈ ਕੇ ਅੱਗੇ ਤੱਕ ਨਾਲ ਚੱਲਦੇ ਹੈ। ਸ਼ੁਭ ਨੇਕ ਕਰਮ ਛੁਟਕਾਰਾ ਕਰਾ ਦਿੰਦੇ ਆ, ਮਾੜੇ ਕਰਮ ਜਿਹੜੇ ਆ ਨਰਕਾਂ ਦਾ, ਜਮਾਂ ਦਾ, ਜੂਨੀਆਂ ਦਾ, ਬੰਧਨ ਦਾ ਕਾਰਨ ਬਣ ਜਾਂਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਜਾਣੈ, ਕੋਈ ਜਾਣਦਾ ਕਬ ਨਹੀਂ ਹਾਂ ਜਗ ਮੀਤ ਕੇ, ਕੌਣ ਹੈ ਇਸ ਸੰਸਾਰ ਦੇ ਵਿੱਚ ਅਸਲੀ ਪੱਕਾ ਲੋਕ ਪ੍ਰਲੋਕ ਦਾ ਸਾਥੀ, ਮਿੱਤਰ ਪਿਆਰਾ ਹੈ। ਮਿੱਤਰ ਦਾ ਅਰਥ ਪਿਆਰਾ ਵੀ ਹੈ।
ਜਿਹੜਾ ਪਿਆਰ ਕਰਦਾ ਨਾ ਤੁਹਾਡੇ ਨਾਲ ਦਿਲੋਂ ਸੱਚਾ ਸੁੱਚਾ, ਉਹੀ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੀ ਮਦਦ ਸਹਾਇਤਾ ਕਰੇਗਾ, ਤੁਹਾਡੇ ਕਸ਼ਟਾਂ ਵਿੱਚ ਤੁਹਾਡਾ ਰੱਖਿਅਕ ਬਣੇਗਾ। ਇਸ ਕਰਕੇ ਮੀਤ ਦਾ ਅਰਥ ਹੁੰਦਾ ਪਿਆਰਾ। ਇਸ ਕਰਕੇ ਬਈ ਜਿਹੜਾ ਐਸਾ ਕੋਈ ਪਿਆਰਾ ਮਿੱਤਰ ਹੈ, ਕੌਣ ਹੈ ਜੱਗ ਦੇ ਵਿੱਚ ਤੇਰਾ ਜਿਹੜਾ ਤੇਰੀ ਰੱਖਿਆ ਕਰ ਸਕਦਾ ਲੋਕ ਪ੍ਰਲੋਕ ਦੇ ਵਿੱਚ। ਕਹਿੰਦੇ ਇਸ ਵਿਧੀ ਨੂੰ, ਇਸ ਜੁਗਤੀ ਨੂੰ ਉਹੀ ਸਮਝਦਾ ਜਿੱਥੇ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਕਿਰਪਾ ਦਾ ਜਿਹੜਾ ਘਰ ਹੈ ਕਿਰਪਾਲੂ ਹੋ ਜਾਏ। ਜਿਹੜਾ ਇਸ ਗੱਲ ਨੂੰ ਸਮਝਦਾ ਵੀ ਅਸਲੀ ਮਿੱਤਰ ਕੌਣ ਹੈ ਨਾ, ਉਹਦੀ ਜਿਹੜੀ ਰੀਤੀ ਹੈ ਨਾ, ਭਾਵ ਉਹਦੀ ਰਹਿਣੀ ਬਹਿਣੀ, ਉਹ ਨਿਰਮਲ ਹੋ ਜਾਂਦੀ ਹੈ, ਮੈਲ ਤੋਂ ਰਹਿਤ ਹੋ ਜਾਂਦੀ ਹੈ, ਉੱਜਲ ਹੋ ਜਾਂਦੀ ਹੈ, ਭਾਵ ਪਾਕ ਪਵਿੱਤਰ ਜੀਵਨ ਬਣ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਹੁਣ ਦੱਸਦੇ ਆ ਕਿ ਬੰਦਿਆ ਤੂੰ ਮਾਤਾ ਨੂੰ ਆਸਰਾ ਮੰਨਦਾ, ਪਿਤਾ ਨੂੰ ਆਸਰਾ ਮੰਨਦਾ, ਬੰਧਤਾ ਇਸਤਰੀ ਨੂੰ, ਸੁੱਤ ਪੁੱਤਰ ਨੂੰ, ਬੰਧਪ ਸੰਬੰਧੀਆਂ ਨੂੰ, ਇਸ਼ਟ ਪਿਆਰੇ ਜਾਨ ਨਾਲੋਂ ਪਿਆਰੇ ਮਿੱਤਰ ਔਰ ਭਾਈ ਭਰਾ ਜਿੰਨੇ ਵੀ ਹੈ ਇਹਨਾਂ ਨੂੰ ਤੂੰ ਆਪਣੇ ਆਸਰੇ ਸਮਝਦਾ, ਵੀ ਇਹ ਮੇਰੇ ਮਿੱਤਰ ਹੈ, ਮੇਰੇ ਸੰਬੰਧੀ ਹੈ, ਮੇਰਾ ਆਸਰਾ ਹੈ। ਜਨਮ ਕੇ ਮਿਲੇ ਸੰਜੋਗੀ, ਇਹ ਤਾਂ ਪਿਛਲੇ ਜਨਮਾਂ ਦਾ ਕੋਈ ਸੰਜੋਗ ਜੁੜ ਗਿਆ, ਉਹਦੇ ਕਰਕੇ ਤੇਰਾ ਇਹਨਾਂ ਨਾਲ ਸੰਬੰਧ ਬਣ ਗਿਆ। ਕਦੇ ਤੂੰ ਇਹਨਾਂ ਦਾ ਪੁੱਤ ਸੀ, ਇਹ ਤੇਰੇ ਮਾਂ ਬਾਪ ਸਨ, ਕਦੇ ਤੂੰ ਇਹਨਾਂ ਦਾ ਮਾਂ ਬਾਪ ਸੀ, ਇਹ ਤੇਰੇ ਪੁੱਤਰ ਸਨ। ਇਸ ਕਰਕੇ ਮਹਾਰਾਜ ਕਹਿੰਦੇ ਪੂਰਵਲਿਆਂ ਜਨਮਾਂ ਦਾ ਸੰਬੰਧ ਜੁੜਨ ਕਰਕੇ ਇਹ ਸਾਰੇ ਨਾਤੇ ਤੇਰੇ ਨਾਲ ਜੁੜੇ ਹੋਏ ਹਨ, ਸੰਜੋਗ ਸੰਗ ਭਲੀ ਪ੍ਰਕਾਰ ਜੋਗ ਜੁੜਿਆ ਹੋਇਆ ਨਾਤਾ ਹੈ। ਪਰ ਅੰਤ ਨੂੰ ਇਹਨਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ, ਰੱਖਿਆ ਨਹੀਂ ਕਰਨੀ, ਜੇ ਮਾਤ ਪਿਤਾ ਸੁਪਮੀਤ ਨਾ ਪਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੇ ਮਹਾ ਭਿਆਨ ਤਪਤ ਬਹੁ ਕਹਾਂ, ਤਹਿ ਹਰ ਕੇ ਨਾਮ ਕੀ ਤੁਮੂ ਪੁਰਛਾ। ਮਹਾਰਿਸ਼ੀ ਵਾਲਮੀਕ ਜੀ ਨੂੰ ਸੰਤਾਂ ਨੇ ਕਿਹਾ ਸੀ ਮਾਤਾ ਪਿਤਾ ਲਈ, ਪਰਿਵਾਰ ਲਈ, ਬੱਚਿਆਂ ਲਈ ਕਰਦਾ ਇੰਨੇ ਆ ਕਰਮ ਤੂੰ ਜਿਹੜੇ ਨਹੀਂ ਕਰਨ ਵਾਲੇ, ਜਾਂ ਪੁੱਛ ਕੇ ਆ ਤੇਰੀ ਮਦਦ ਕਰਨਗੇ ਉਹ? ਸਾਰਿਆਂ ਨੇ ਜਵਾਬ ਦੇ ਦਿੱਤਾ। ਸੋ ਇਸ ਕਰਕੇ ਅੰਤ ਨੂੰ ਕਹਿੰਦੇ ਕੋਈ ਵੀ ਤੇਰੀ ਰੱਖਿਆ, ਸਹਾਈ ਦਾ ਅਰਥ ਹੁੰਦਾ ਰੱਖਿਆ ਕਰਨੀ, ਤੇਰੀ ਕੋਈ ਰੱਖਿਆ ਨਹੀਂ ਕਰੇਗਾ, ਤੈਨੂੰ ਦੁੱਖਾਂ ਤੋਂ, ਜਮਾਂ ਤੋਂ, ਕਸ਼ਟਾਂ ਤੋਂ ਨਹੀਂ ਬਚਾਵੇਗਾ। ਮਾਲ ਕਣਕ ਲਾਲ ਹੀਰਾ, ਫਿਰ ਤੇਰੇ ਮਨ ਵਿੱਚ ਸ਼ਾਇਦ ਇੱਕ ਹੋਰ ਵੱਡਾ ਭੁਲੇਖਾ। ਮਹਾਰਾਜ ਕਹਿੰਦੇ ਵੈਸੇ ਤਾਂ ਦਾਨੇ ਪੁਰਸ਼ ਕਹਿੰਦੇ ਹੈ ਕਿ ਬੰਦੇ ਦੇ ਜੀਵਨ ਦਾ ਸੁਭਾਅ ਅਸਲੀ ਕਦੋਂ ਪਤਾ ਲੱਗਦਾ? ਜਦੋਂ ਉਹਦੇ ਕੋਲ ਧਨ ਆ ਜਾਏ। ਜਿੰਨਾ ਚਿਰ ਧਨ ਹੀ ਨਾ ਉਹਦੇ ਕੋਲ ਆਉਂਦਾ, ਉਨਾ ਚਿਰ ਅਸਲੀ ਉਹਦੀ ਰੁਚੀ ਦਾ ਅਤੇ ਬਿਰਤੀ ਦਾ ਨਹੀਂ ਪਤਾ ਲੱਗਦਾ। ਜਦੋਂ ਧਨ ਕੋਲ ਬਹੁਤ ਆਤ ਵਿੱਚ ਆ ਜਾਏ ਨਾ, ਫਿਰ ਅੰਦਰਲਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਮਹਾਰਾਜ ਇੱਥੇ ਉੱਤਰ ਦੇ ਰਹੇ ਹੈ, ਮੁਕਤ ਮਾਲ ਮੋਤੀਆਂ ਦੀਆਂ ਮਾਲਾਂ, ਕਣਕ ਸੋਨਾ, ਲਾਲ ਹੀਰੇ ਆਦਿਕ ਬੇਸ਼ਕੀਮਤੇ ਜਿੰਨੇ ਵੀ ਹੈਰੰਜਨ ਕੀ ਮਾਇਆ, ਇਹ ਮਨ ਨੂੰ ਪ੍ਰਸੰਨ ਕਰਨ ਵਾਲੀ ਪਰਮੇਸ਼ਰ ਦੀ ਮਾਇਆ ਹੈ,
ਜਿੱਥੇ ਤੂੰ ਮਾਣ ਕਰਕੇ ਹੰਕਾਰ ਕਰਦਾ। ਮਾਇਆ ਆਉਣ ਤੋਂ ਵੀ ਕਈ ਵਾਰੀ ਬੰਦਾ ਆਪਣੇ ਸਾਰੇ ਸਮਾਜ ਨੂੰ ਛੱਡ ਕੇ ਕਹਿੰਦਾ ਮੈਨੂੰ ਹੁਣ ਲੋੜ ਨਹੀਂ ਰਹੀ, ਇੰਨਾ ਕੁ ਹੰਕਾਰੀ ਹੋ ਜਾਂਦਾ ਕਿ ਉਹ ਕਿਸੇ ਨੂੰ ਕੁਛ ਅੱਖਾਂ ਦੇ ਥੱਲੇ ਲਿਆਉਂਦਾ ਹੀ ਨਹੀਂ, ਪਾਸੇ ਹੋ ਜਾਂਦਾ, ਕਿਸੇ ਨਾਲ ਮਿਲਦਾ ਨਹੀਂ, ਵਰਤਦਾ ਨਹੀਂ। ਕਿਉਂਕਿ ਸਾਧ ਸੰਗਤ ਜੀ ਇੱਕ ਬੜੀ ਸੋਹਣੀ ਉਦਾਹਰਣ ਹੈ, ਕੋਈ ਰਾਜਾ ਸੀ, ਉਸ ਰਾਜੇ ਨੇ ਆਪਣੀ ਸਭਾ ਵਿੱਚੋਂ ਹੀ ਇੱਕ ਚੰਗਾ ਪੁਰਸ਼ ਸੀ, ਉਹਨੂੰ ਕਹਿਣ ਲੱਗਾ ਮੈਂ ਤੈਨੂੰ ਵਜ਼ੀਰ ਬਣਾਉਣਾ। ਕਹਿੰਦਾ ਜੀ ਮੈਂ ਯੋਗ ਨਹੀਂ। ਕਹਿੰਦੇ ਨਹੀਂ, ਤੇਰੀ ਇਮਾਨਦਾਰੀ, ਤੇਰਾ ਜਿਹੜਾ ਜੀਵਨ ਦਾ ਸੁਭਾਅ ਹੈ, ਨੇਕ ਨੀਤੀ ਹੈ, ਨੇਕ ਰਾਏ ਹੈ, ਉਹ ਮੈਨੂੰ ਬੇਵੱਸ ਕਰਦੀ ਹੈ ਕਿ ਤੈਨੂੰ ਇਸ ਪਦਵੀ 'ਤੇ ਬਿਠਾਵਾਂ। ਕਹਿੰਦਾ ਜੀ ਮੈਨੂੰ 2 ਦਿਨ ਦੀ ਮੋਹਲਤ ਦਿਓ। 2 ਦਿਨ ਦੀ ਮੋਹਲਤ ਦੇ ਦਿੱਤੀ, ਸੰਬੰਧੀ ਬੁਲਾਏ, ਪਰਿਵਾਰ ਬੁਲਾਇਆ, ਕਹਿਣ ਲੱਗਾ ਵੀ ਮੈਂ ਪਰਸੋਂ ਨੂੰ ਨਾ ਅੱਖਾਂ ਤੋਂ ਅੰਨਾ ਹੋ ਜਾਣਾ, ਕੰਨਾਂ ਤੋਂ ਬੋਲਾ ਹੋ ਜਾਣਾ, ਜਿਹਨੇ ਕੋਈ ਗੱਲ ਕਰਨੀ ਅੱਜ ਹੀ ਕਰ ਲਓ। ਉਹ ਕਹਿੰਦੇ ਤੂੰ ਚੰਗਾ ਭਲਾ ਕਿੱਥੋਂ ਤੇਰੀ ਇਹ ਹਾਲਤ ਹੋਣੀ ਹੈ। ਕਹਿੰਦਾ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਲੱਗਣਾ ਇਹ ਗੱਲ ਦਾ, ਮੇਰੇ ਨਾਲ ਕਰ ਲਓ ਜੇ ਕੋਈ ਕਰਨੀ ਹੈ। ਤੋ ਸਾਧ ਸੰਗਤ ਜੀ ਉਹਨੇ ਚਿੱਠੀਆਂ, ਕਿਸੇ ਨੇ ਕੋਈ ਗੱਲ ਹੀ ਨਾ ਕੀਤੀ, ਚਿੱਠੀਆਂ ਕੱਢ ਦਿੱਤੀਆਂ ਵੀ ਮੇਰੀ ਤਾਜਪੋਸ਼ੀ ਹੋਣੀ ਹੈ, ਸਾਰੇ ਆਓ। ਤਾਜਪੋਸ਼ੀ ਹੋਈ, ਮੰਤਰੀ ਬਣ ਗਿਆ, ਵਜ਼ੀਰ ਬਣ ਗਿਆ। ਹੁਣ ਸੰਬੰਧੀ ਕੋਲ ਆਉਂਦੇ ਆ ਭੱਜ ਭੱਜ ਕੇ ਵੀ ਐਡਾ ਵੱਡਾ ਅਹੁਦਾ ਮਿਲ ਗਿਆ, ਹੁਣ ਇਹਦੇ ਕੋਲੋਂ ਧਨ ਲਵਾਂਗੇ, ਕੰਮ ਕਰਾਵਾਂਗੇ। ਉਹ ਨਾ ਕਿਸੇ ਵੱਲ ਵੇਖਦਾ, ਨਾ ਕਿਸੇ ਦੀ ਗੱਲ ਸੁਣਦਾ, ਧਿਆਨ ਹੀ ਨਹੀਂ ਦਿੰਦਾ, ਮੂੰਹ ਹੀ ਪਾਸੇ ਨੂੰ ਕੀਤਾ ਹੋਇਆ। ਉਹ ਫਿਰ ਵਾਰ ਵਾਰ ਬੁਲਾਉਂਦੇ, ਕਹਿੰਦੇ ਉਹ ਮੌਕਾ ਲੰਘ ਗਿਆ, ਹੁਣ ਮੈਂ ਕੰਨਾਂ ਤੋਂ ਬੋਲਾਂ, ਅੱਖਾਂ ਤੋਂ ਅੰਨਾ ਤੁਹਾਡੇ ਲਈ, ਤੁਸੀਂ ਮੇਰਾ ਹੁਣ ਕੁਝ ਨਹੀਂ ਲੱਗਦੇ। ਸੋ ਐਸਾ ਸਾਧ ਸੰਗਤ ਜੀ ਇਹ ਪਦਵੀਆਂ ਅਤੇ ਧਨ ਬੰਦੇ ਨੂੰ ਅੰਨਾ ਕਰ ਦਿੰਦਾ। ਮਾਂ ਤਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਕਟੋਲਾ। ਇਸ ਕਰਕੇ ਬੰਦਾ ਸੋਚਦਾ ਵੀ ਮੇਰੇ ਕੋਲ ਮੋਤੀ ਹੈ, ਮੋਤੀਆਂ ਦੀਆਂ ਮਾਲਾਂ, ਸੋਨਾ ਹੀਰਾ, ਮੇਰੇ ਮਨ ਦੀ ਤ੍ਰਿਪਤੀ ਦੇ ਸਾਧਨ ਮੇਰੇ ਕੋਲ ਬਣੇ ਹੋਏ ਹੈ, ਸੋਹਣੇ ਮਹਿਲ ਹੈ, ਸੋਹਣੀਆਂ ਗੱਡੀਆਂ, ਸੋਹਣੀਆਂ ਸਵਾਰੀਆਂ, ਧਨ ਜਿੰਨਾ ਚਾਹੀਦਾ ਮੈਂ ਖਰਚ ਸਕਦਾ, ਮੈਨੂੰ ਕਿਸੇ ਦੀ ਲੋੜ ਹੀ ਨਹੀਂ। ਬੰਦੇ ਦੇ ਮਨ ਵਿੱਚ ਇੰਨਾ ਕੁ ਹੰਕਾਰ ਆ ਜਾਂਦਾ ਹੈ, ਔਰ ਹਾਏ ਹਾਏ ਕਰਦਿਆਂ ਹੀ ਇਹ ਜਿਹੜੀ ਉਮਰ ਹੈ ਤੇਰੀ ਬਿਹਾਨੀ ਬੀਤ ਗਈ, ਗੁਜ਼ਰ ਗਈ ਹੈ, ਸੰਤੋਖ ਨਾ ਪਾਇਆ, ਕੀ ਹਾਏ ਹਾਏ ਆ ਵੀ ਧਨ ਆ ਜੇ, ਹੋਰ ਵੀ ਆ ਜੇ, ਸਾਰੀ ਉਮਰ ਤੜਫਦਿਆਂ ਦੀ, ਤ੍ਰਿਸ਼ਨਾ ਦੇ ਵਿੱਚ ਭਟਕਦਿਆਂ ਦੀ ਗੁਜ਼ਰ ਗਈ। ਜਾਂ ਇਉਂ ਕਹਿ ਲਓ ਕਿ ਹਾਂ ਹਾਂ ਹਾਂ, ਮੇਰੇ ਕੋਲ ਇਹ ਪਦਾਰਥ ਹਨ, ਮੈਂ ਇਹਨਾਂ ਦਾ ਮਾਲਕ ਹਾਂ, ਇਹ ਮੇਰੇ ਪਦਾਰਥ, ਮੇਰੀ ਇੱਥੇ ਮਦਦ ਕਰਨ ਵਾਲੇ, ਮੈਨੂੰ ਕਿਸੇ ਦੀ ਲੋੜ ਨਹੀਂ। ਇਸੇ ਹੰਕਾਰ ਵਿੱਚ ਕਹਿੰਦੇ ਤੇਰੀ ਉਮਰ ਅਵਧ ਜਿਹੜੀ ਅਵਧੀ ਹੈ ਉਹ ਬਤੀਤ ਹੋ ਗਈ, ਅਤੇ ਇਸ ਕਰਕੇ ਰਥ ਅਸਵ ਪਵਨ ਤੇਜ, ਔਰ ਇਸ ਕਰਕੇ ਇਹਨਾਂ ਵਿੱਚ ਵੀ ਕਹਿੰਦੇ ਸੰਤੋਖ ਨਹੀਂ, ਤ੍ਰਿਪਤੀ ਨਹੀਂ ਪ੍ਰਾਪਤ ਹੋਈ। ਅੱਗੇ ਆਓ ਜੀ, ਕਹਿੰਦੇ ਹਾਥੀ ਰਥ, ਚਾਰ ਤਰ੍ਹਾਂ ਦੀ ਫੌਜ ਹੁੰਦੀ ਸੀ ਨਾ ਰਾਜਿਆਂ ਕੋਲ, ਹਾਥੀਆਂ ਵਾਲੀ, ਰਥਾਂ ਵਾਲੀ, ਔਰ ਘੋੜਿਆਂ ਵਾਲੀ ਅਤੇ ਪੈਦਲ। ਚਤਰੰਗਨੀ ਫੌਜ ਦਾ ਮਾਲਕ ਚੱਕਰਵਰਤੀ ਬਾਦਸ਼ਾਹ ਮੰਨਿਆ ਜਾਂਦਾ ਸੀ। ਕਹਿੰਦਾ ਮੇਰੇ ਕੋਲ ਹਾਥੀ ਵੀ ਹਨ, ਰਥ ਵੀ ਹਨ, ਇਸੇ ਹੀ ਤਰ੍ਹਾਂ ਅਸਵ ਘੋੜੇ ਵੀ ਹਨ। ਘੋੜੇ ਵੀ ਉਹ ਪੌਣ ਨਾਲੋਂ ਤੇਜ਼ ਚੱਲਣ ਵਾਲੇ, ਪਵਨ ਤੇਜ਼,
ਪੌਣ ਪਿੱਛੇ ਛੱਡ ਦਿੰਦੇ ਆ, ਹਵਾ ਤੋਂ ਵੀ ਅੱਗੇ ਲੰਘ ਜਾਂਦੇ ਆ। ਐਸੀ ਤੇਜ਼ ਚਾਲ ਚੱਲਣ ਵਾਲੇ ਬਲੀ ਤਾਕਤਵਰ ਘੋੜੇ ਉਹਨਾਂ ਦਾ ਮੈਂ ਮਾਲਕ ਹਾਂ। ਘੁੰਮਣ ਚਤਰਾਂਗਾ ਔਰ ਮੈਂ ਭੂਮੀ ਭਾਵ ਹਜ਼ਾਰਾਂ ਲੱਖਾਂ ਧਰਤੀਆਂ ਦੇ ਟੁਕੜਿਆਂ ਦਾ ਮਾਲਕ। ਧਰਤੀ ਵੀ ਬੇਸ਼ੁਮਾਰ ਮੇਰੇ ਕੋਲ ਹੈ, ਭਾਵ ਧਰਤੀ ਦੇ ਉੱਤੇ ਵੀ ਮੇਰਾ ਰਾਜ ਹੈ, ਔਰ ਚਿਤਰੰਗਨੀ ਫੌਜ ਵੀ ਹੈ। ਇਹਨਾਂ ਸਾਰਿਆਂ ਦਾ ਮੈਂ ਧਨੀ ਮਾਲਕ ਹਾਂ। ਸੰਗ ਨਾ ਚਾਲਿਓ ਇਨ ਮਹਿ ਕਛੂ ਹੈ। ਮਹਾਰਾਜ ਕਹਿੰਦੇ ਵੀ ਜਦੋਂ ਇੱਥੋਂ ਸੰਸਾਰ ਤੋਂ ਗਿਆ ਨਾ, ਤਾਂ ਉਦੋਂ ਫਿਰ ਇਹਨਾਂ ਚੋਂ ਕੋਈ ਵੀ ਤੇਰੇ ਨਾਲ ਨਹੀਂ ਜਾਵੇਗਾ, ਉੱਥੇ ਨਹੀਂ ਤੈਨੂੰ ਕਿਸੇ ਨੇ ਛਡਾਉਣਾ। ਜਿੱਥੇ ਮਹਾਰਾਜ ਬੜਾ ਸੁੰਦਰ ਜ਼ਿਕਰ ਕਰਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜਾ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜੈ ਅਵਕਟ ਆਏ ਬਣਤ ਹੈ ਪ੍ਰਾਣੀ। ਇਸ ਕਰਕੇ ਇਹਨਾਂ ਚੋਂ ਕੋਈ ਵੀ ਸੰਗ ਭਾਵ ਸਾਥ ਤੇਰੇ ਨਾਲ ਨਹੀਂ ਜਾਵੇਗਾ। ਜਦੋਂ ਸੰਸਾਰ ਨੂੰ ਛੱਡ ਕੇ ਸੰਬੰਧੀਆਂ ਨੂੰ, ਪਰਿਵਾਰ ਨੂੰ, ਮਿੱਤਰਾਂ ਨੂੰ ਤੁਰਿਆ, ਇਹ ਧਨ ਵੀ ਨਾਲ ਨਹੀਂ ਜਾਣਾ, ਇਹ ਫੌਜਾਂ ਵੀ ਇੱਥੇ ਰਹਿ ਜਾਣੀਆਂ ਹਨ। ਇਹ ਵੈਰਾਗਮਈ ਉਪਦੇਸ਼ ਦਿੰਦੇ ਆ। ਜਿਹੜੇ ਕੱਪੜੇ ਪਾਏ ਆ ਨਾ, ਇਹ ਵੀ ਨਾਲ ਨਹੀਂ ਜਾਣੇ, ਦੇਹ ਰੂਪ ਕੱਪੜਾ ਵੀ ਇੱਥੇ ਰਹਿ ਜਾਣਾ, ਨੰਗਾ ਹੀ ਇੱਥੋਂ ਸੰਸਾਰ ਤੋਂ ਨੰਗਾ ਦੋਜਕ ਚਾਲਿਆ, ਤੇਰਾ ਤਨ ਕੱਢਣ ਵਾਸਤੇ ਵੀ ਤੈਨੂੰ ਕੁਝ ਨਹੀਂ ਮਿਲਣਾ, ਇਸ ਕਰਕੇ ਇੱਥੋਂ ਨੰਗਾ ਹੀ ਤੁਰ ਜਾਣਾ ਹੈ। ਸੰਤ ਪ੍ਰੈ ਪ੍ਰੀਤਮ ਪ੍ਰਭ ਕੇ। ਹੁਣ ਮਹਾਰਾਜ ਅੱਗੇ ਨਿਰਣਾ ਕਰਦੇ ਵੀ ਹਰੀ ਦੇ ਸੰਤ ਜਿਹੜੇ ਨਾਮ ਜਪਣ ਵਾਲੇ ਆ, ਕੋਈ ਵਿਰਲੇ ਵਾਹਿਗੁਰੂ ਦੇ ਪਿਆਰੇ ਜਗਮਾ ਤੁਮ ਕਾਢੀਐ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਗੁਰਮੁਖ ਗੁਰਸਿੱਖ ਮਹਾਂਪੁਰਖ ਜਿਹੜੇ ਹਰੀ ਦੇ ਸੰਤ ਪ੍ਰਭੂ ਨੂੰ ਪਿਆਰੇ, ਵਾਹਿਗੁਰੂ ਨੂੰ ਪਿਆਰੇ ਹਨ, ਉਹਨਾਂ ਦੀ ਸੰਗਤ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਗਾਇਆ ਕਰ, ਜਪਿਆ ਕਰ, ਉਹਦੇ ਗੁਣ ਗਾਇਆ ਕਰ, ਉਹਨਾਂ ਦੀ ਸੰਗਤ ਕਰ। ਮਹਾਰਾਜ ਕਹਿੰਦੇ ਉਹ ਦੱਸਣਗੇ ਵੀ ਅਸਲੀ ਮਿੱਤਰ ਕੌਣ ਹੈ, ਜਿਹਨੇ ਤੇਰੀ ਲੋਕ ਪ੍ਰਲੋਕ ਵਿੱਚ ਸਹਾਇਤਾ ਮਦਦ ਰੱਖਿਆ ਕਰਨੀ ਹੈ। ਉਹ ਕੀ ਕਹਿੰਦੇ ਹੈ? ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਨਾਨਕ ਹਾਂ ਸੁਖ ਆਗੈ ਮੁਖ ਉਜਲ। ਜੇ ਇਹ ਬੰਦੇ ਤੂੰ ਹਰੀ ਪਰਮੇਸ਼ਰ ਦੇ ਨਾਮ ਨੂੰ ਗਾਏਗਾ ਨਾ, ਭਜਨ ਕਰੇਗਾ, ਹਰ ਹਰ ਗਾਈਏ, ਪਾਪਾਂ ਦਾ ਤੇਰਾ ਨਾਸ਼ ਹੋ ਜਾਏਗਾ, ਔਰ ਇੱਥੇ ਵੀ ਤੇਰਾ ਮੁਖ ਉਜਲਾ ਹੋਏਗਾ, ਇੱਥੇ ਵੀ ਤੇਰੇ 'ਤੇ ਕੋਈ ਕਲੰਕ ਨਹੀਂ ਲੱਗਿਆ ਰਹਿ ਜਾਏਗਾ। ਆਪ ਜਸ ਮਟੰਤ ਸਤ ਪੁੱਤਰ ਹੈ, ਸਮਰਤਭ ਹਿਰਦੈ ਗੁਰਮੰਤਰਨ ਹੈ। ਨੇਕ ਪੁੱਤਰ ਘਰ ਵਿੱਚ ਜਨਮ ਹੋ ਜਾਏ, ਕੁੱਲ ਨੂੰ ਲੱਗਿਆ ਕਲੰਕ ਮਿਟ ਜਾਂਦਾ ਉਹਦੀ ਨੇਕੀ ਕਰਕੇ, ਅਤੇ ਹਿਰਦੇ 'ਚੋਂ ਕਹਿੰਦੇ ਪਾਪ ਮਿਟ ਜਾਂਦੇ ਆ, ਪਾਪਾਂ ਦੀ ਕਾਲਖ ਧੋਤੀ ਜਾਂਦੀ ਹੈ ਜੇ ਹਿਰਦੇ 'ਚ ਗੁਰਮੰਤਰ ਦਾ ਜਾਪ ਵੱਸ ਜਾਏ। ਇਹ ਨਾਮ ਜਿਹੜਾ ਬਈ ਇੱਥੇ ਵੀ ਸੁੱਖ ਤੈਨੂੰ ਬਖਸ਼ੇਗਾ ਅਤੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ, ਪਰਮੇਸ਼ਰ ਨੂੰ ਅਤੇ ਉਹਦੇ ਨਾਮ ਨੂੰ ਆਪਣਾ ਮਿੱਤਰ ਬਣਾ ਲੈ। ਅਸਲੀ ਮਿੱਤਰ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਅਤੇ ਉਹਦਾ ਨਾਮ ਹੈ। ਗੁਰੂ
ਨਾਨਕ ਸਾਹਿਬ ਨੇ ਸਾਡੇ 'ਤੇ ਤਰਸ ਕੀਤਾ ਸੰਗਤ ਜੀ, ਪਰਮੇਸ਼ਰ ਨੂੰ ਅਸੀਂ ਵੇਖ ਨਹੀਂ ਸਕਦੇ ਸੀ, ਉਹਦੇ ਤੱਕ ਪਹੁੰਚ ਨਹੀਂ ਸਕਦੇ ਸੀ। ਸਾਨੂੰ ਸੌਖਾ ਰਸਤਾ ਮਹਾਰਾਜ ਜੀ ਨੇ ਦਿੱਤਾ ਕਿ ਗੁਰਸਿੱਖੋ, ਤੁਸੀਂ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਇਹ ਤੁਹਾਨੂੰ ਪਰਮੇਸ਼ਰ ਦੇ ਦਰਸ਼ਨ ਕਰਾ ਦੇਵੇਗਾ, ਪਰਮੇਸ਼ਰ ਨਾਲ ਜੋੜ ਦੇਵੇਗਾ, ਪਰਮੇਸ਼ਰ ਦਾ ਮਿਲਾਪ ਕਰਾ ਦੇਵੇਗਾ। ਇਹੀ ਸਾਧਨ ਹੈ। ਨਾਮ ਦੇ ਪੁਲ 'ਤੇ ਚੜ੍ਹ ਗਏ, ਬਾਣੀ ਦੇ ਪੁਲ 'ਤੇ ਚੜ੍ਹ ਗਏ, ਤੁਸੀਂ ਪਰਮੇਸ਼ਰ ਦੇ ਦਰ 'ਤੇ ਪਹੁੰਚ ਜਾਓਗੇ, ਵਾਹਿਗੁਰੂ ਨੂੰ ਮਿਲ ਜਾਓਗੇ। ਇਸ ਕਰਕੇ ਤੁਹਾਡੇ 'ਤੇ ਕਿਰਪਾ ਹੋਏਗੀ। ਇਸ ਨਾਮ ਵਿੱਚ ਇੰਨੀ ਸ਼ਕਤੀ ਹੈ, ਹਰ ਜਨ ਸੇ ਹਰ ਜੀ ਸੇ ਹਰ ਜਨ ਵੱਡੇ, ਯਹੀ ਨੇਤ ਭਗਵਾਨ, ਰਾਮ ਗਏ ਪੁਲ ਬਾਂਧ ਕੇ ਕੂਦ ਗਏ ਹਨੂੰਮਾਨ। ਰੱਬ ਦਾ ਸੇਵਕ ਬੰਦਗੀ ਕਰਨ ਵਾਲਾ ਅਵਤਾਰਾਂ ਦੀਆਂ ਦੇਹੀਆਂ ਨਾਲੋਂ ਵੀ ਵੱਡੀ ਪਦਵੀ ਪ੍ਰਾਪਤ ਕਰ ਜਾਂਦਾ। ਕਹਿੰਦੇ ਉਹ ਪੁਲ ਬਣਾਉਂਦਾ ਰਹਿ ਗਿਆ ਵਿਚਾਰਾ, ਅਤੇ ਉਹ ਇੱਕ ਛਾਲ ਮਾਰ ਕੇ ਚਲਿਆ ਗਿਆ ਲੰਕਾ ਵਿੱਚ। ਪੁੱਛਿਆ ਰਾਮ ਜੀ ਨੇ, ਕਹਿੰਦੇ ਇੰਨੀ ਸ਼ਕਤੀ, ਕਹਿੰਦੇ ਮਹਾਰਾਜ ਮੈਂ ਪਰਮੇਸ਼ਰ ਦਾ ਨਾਮ ਜਪਦਾ, ਉਹਦੀ ਬੰਦਗੀ ਕਰਦਾ, ਉਹਦੇ ਨਾਮ ਵਿੱਚ ਇਹ ਸ਼ਕਤੀ ਆ, ਉਹਨੇ ਮੈਨੂੰ ਇਹ ਤਾਕਤ ਦਿੱਤੀ ਆ। ਇਸ ਕਰਕੇ ਨਾਮ ਜਪਣ ਵਾਲੇ ਜਿਹੜੇ ਆ, ਅਵਤਾਰਾਂ ਨਾਲੋਂ ਵੀ ਦੇਹੀ ਪਵਿੱਤਰ ਹੁੰਦੀ ਹੈ, ਉਹ ਵੱਡੀ ਤਾਕਤ ਵੱਡੀ ਸ਼ਕਤੀ ਪ੍ਰਾਪਤ ਕਰ ਜਾਂਦੇ ਆ। ਇਸ ਕਰਕੇ ਨਾਮ ਲੋਕ ਪ੍ਰਲੋਕ ਦਾ ਮਿੱਤਰ ਹੈ। ਪਰਮੇਸ਼ਰ ਦਾ ਨਾਮ ਇੰਨਾ ਬਲਸ਼ਾਲੀ ਹੈ, ਤੇਰਾ ਇੱਥੇ ਵੀ ਮੁੱਖ ਉਜਲਾ, ਅੱਗੇ ਵੀ ਮੁੱਖ ਉਜਲਾ। ਜਿਹੜੇ ਸੁੱਖਾਂ ਲਈ ਭਟਕਦਾ ਫਿਰਦਾ ਵੀ ਧਰਮ ਅਰਥ ਕਾਮ ਮੋਖ ਨਹੀਂ ਮਿਲਦੇ, ਉਹ ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ, ਤੂੰ ਬਈ ਨਾਮ ਦੇ ਪੁਲ 'ਤੇ ਤੁਰ ਪੈ, ਇਹ ਸਾਰੇ ਸੁੱਖ ਤੇਰੇ ਨਾਲ ਨਾਲ ਹੀ ਚੱਲਣਗੇ, ਅਤੇ ਅੱਗੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਤੇਰਾ ਮੁੱਖ ਉਜਲਾ ਹੋ ਜਾਏਗਾ। ਇਹ ਸੰਗਤ ਸੰਤਨ ਪਦ ਇੱਥੇ ਸਤਿਗੁਰੂ ਦਾ ਬੋਧਕ ਹੈ। ਪਹਿਲਾ ਸ਼ਬਦ ਜਿਹੜਾ ਸੰਤ ਹੈ ਉਹ ਗੁਰਸਿੱਖਾਂ ਦੇ ਪ੍ਰਥਾਏ ਹੈ, ਇੱਥੇ ਇਹ ਪਦ ਗੁਰੂ ਦਾ ਜਨਾਇਕ ਹੈ। ਸੰਤ ਸ਼ਬਦ ਗੁਰਸਿੱਖਾਂ ਗੁਰਮੁਖਾਂ ਲਈ ਵੀ ਹੈ, ਸੰਤ ਸ਼ਬਦ ਗੁਰੂ ਸਾਹਿਬ ਲਈ ਵੀ ਹੈ। ਇਸ ਕਰਕੇ ਸੰਤਨ ਬਹੁ ਬਚਨ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਜਦੋਂ ਤੈਨੂੰ ਪ੍ਰਾਪਤ ਹੋ ਗਈ ਸਤਿਗੁਰਾਂ ਦੀ, ਉਦੋਂ ਭਾਈ ਫਿਰ ਤੇਰਾ ਮੁੱਖ ਉਜਲਾ ਹੋ ਜਾਏਗਾ, ਉਹ ਤੈਨੂੰ ਨਾਮ ਦੀ ਦਾਤ ਦੇਣਗੇ, ਨਾਮ ਤੇਰਾ ਮਿੱਤਰ ਬਣ ਕੇ ਲੋਕ ਪ੍ਰਲੋਕ ਵਿੱਚ ਰੱਖਿਆ ਕਰੇਗਾ, ਵਾਹਿਗੁਰੂ ਤੇਰਾ ਮਿੱਤਰ ਬਣ ਕੇ ਤੇਰੀ ਰੱਖਿਆ ਕਰੇਗਾ। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਸਮਾਂ ਇੱਕ ਮਿੰਟ ਵੀ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਦਾਸ ਇੱਥੋਂ ਦੀਆਂ ਸਾਰੀਆਂ ਸੰਗਤਾਂ ਦਾ, ਗੁਰਦੁਆਰਾ ਸਾਹਿਬ ਦਾ ਬਹੁਤ ਸੋਹਣਾ ਨਾਮ ਰੱਖਿਆ, ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ ਸਾਧ ਸੰਗਤ ਜੀ, ਬੜਾ ਸੁੰਦਰ ਨਾਮ ਹੈ। ਨਾਮ ਦੇ ਜਹਾਜ਼ 'ਤੇ ਚੜ੍ਹ ਕੇ ਹੀ ਸੰਸਾਰ ਭੋਜਲ ਨੂੰ ਪਾਰ ਕਰਨਾ, ਗੁਰਸਿੱਖੀ ਦੇ ਬੇੜੇ 'ਤੇ ਚੜ੍ਹਨਾ, ਅੰਮ੍ਰਿਤ ਛੱਕ ਕੇ ਖੰਡੇ ਬਾਟੇ ਦਾ। ਸੋ ਇਸ ਕਰਕੇ ਭਾਈ ਇਹ ਹੈ ਹੀ ਨਾਮ ਦਾ ਜਹਾਜ਼ ਹੈ, ਗੁਰੂ ਘਰ ਗੁਰੂ ਕੀ ਸੰਗਤ। ਇਸ ਕਰਕੇ ਭਾਈ ਮੈਂ ਸਾਰੀ ਸੰਗਤ ਦਾ ਤੁਹਾਡਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ, ਸਾਰੀ ਪ੍ਰਬੰਧਕ ਕਮੇਟੀ ਦਾ, ਸਰਦਾਰ ਬਖਸ਼ੀਸ਼ ਸਿੰਘ ਜੀ ਮੂਧਲ ਸਾਹਿਬ, ਭਾਈ ਓਅੰਕਾਰ ਸਿੰਘ ਜੀ,
ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਜਥੇਦਾਰ ਭਾਈ ਕੇਵਲ ਸਿੰਘ ਜੀ, ਭਾਈ ਤਰਦੀਪ ਸਿੰਘ ਜੀ, ਭਾਈ ਬਾਦਲ ਸਿੰਘ ਜੀ, ਹੋਰ ਜਿੰਨੇ ਵੀ ਪ੍ਰਬੰਧਕ ਗੁਰਮੁਖ ਬੈਠੇ ਹੈ, ਗਿਆਨੀ ਅਮਰਵੀਰ ਸਿੰਘ ਜੀ, ਭਾਈ ਪਰਮਜੀਤ ਸਿੰਘ ਜੀ, ਚੇਅਰਮੈਨ ਗੁਰਦੁਆਰਾ ਸਾਹਿਬ ਰਿਵਰ ਸਾਈਡ, ਸੋ ਬਹੁਤਾ ਨਾ ਤਫਸੀਲ ਵਿੱਚ ਜਾਵਾਂ, ਸਭ ਦਾ ਬਹੁਤ ਬਹੁਤ ਧੰਨਵਾਦ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਾ ਚੁੱਕਾ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ, ਨਾਨਕੀ ਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ।